ਹੈਲੋ ਫਰੈਂਡ, ਸਤਿ ਸ਼੍ਰੀ ਅਕਾਲ। ਇਟਸ ਯੂਰ ਹੋਸਟ ਨਵਨੀਤ ਸਿੰਘ ਅਤੇ ਮੈਂ ਸਵਾਗਤ ਕਰਦੀ ਹਾਂ ਸਾਰੇ ਦਰਸ਼ਕਾਂ ਦਾ ਸਾਡੇ ਯੂਥ ਦੇ ਸ਼ੋਅ ਯੂਥ ਪਾਵਰ ਦੇ ਵਿੱਚ, ਜਿੱਥੇ ਅਸੀਂ ਸੋਸ਼ਲ ਮੁੱਦਿਆਂ ਨੂੰ ਰੇਸ ਕਰਦੇ ਹਾਂ ਅਤੇ ਜਾਣਦੇ ਹਾਂ ਯੂਥ ਦੀ ਰਾਏ। ਅਤੇ ਅੱਜ ਮੈਂ ਜਿਹੜੇ ਮੁੱਦੇ 'ਤੇ ਗੱਲ ਕਰਨ ਆਈ ਹਾਂ ਉਹ ਹੈ ਜੀ, ਸਾਡੇ ਦੇਸ਼ ਦੇ ਵਿੱਚ ਇਸ ਟਾਈਮ ਹਾਈ ਪ੍ਰਾਇਰਿਟੀ 'ਤੇ ਚੱਲ ਰਿਹਾ ਮੁੱਦਾ, ਉਹ ਹੈ JNU ਦਾ। JNU ਦੀ ਇੱਕ ਫੀਸ ਹਾਈਕਸ ਦਾ ਜਿਹੜਾ ਮਾਮਲਾ ਸੀਗਾ ਉਹ ਹੁਣ ਛੋਟੇ ਲੈਵਲ ਤੋਂ ਉੱਠ ਕੇ ਵੱਡੇ ਲੈਵਲ 'ਤੇ ਆ ਚੁੱਕਿਆ, ਜਿੱਥੇ ਕਿ ਹੋਰ ਵੀ ਸੋਸ਼ਲ ਪਾਰਟੀਜ਼ ਇਹਦੇ ਵਿੱਚ ਇਨਵੋਲਵ ਹੋ ਰਹੀਆਂ ਅਤੇ ਨਾਲ ਦੇ ਨਾਲ ਸੈਲੀਬ੍ਰਿਟੀਜ਼ ਵੀ ਇਨਵੋਲਵ ਹੋ ਰਹੇ ਹੈ। ਅਤੇ ਜਦੋਂ ਸੈਲੀਬ੍ਰਿਟੀਜ਼ ਇਨਵੋਲਵ ਹੋ ਰਹੇ ਨੇ ਤਾਂ ਸਰਕਾਰਾਂ ਪਤਾ ਨਹੀਂ ਕਿਉਂ ਡਰ ਗਈਆਂ ਨੇ, ਅਤੇ ਉਹਨਾਂ ਨੇ ਇੰਨੀ ਸਟੇਟਮੈਂਟ ਦੇ ਦਿੱਤੀ ਹੈ ਕਿ ਜੇ ਉਹਨਾਂ ਦੀ ਫਿਲਮਾਂ, ਉਹਨਾਂ ਦੀ ਚੀਜ਼ਾਂ ਨੇ ਉਹਨਾਂ ਨੂੰ ਬੋਇਕਾਟ ਕਰ ਦਿੱਤਾ ਜਾਵੇ। ਅਤੇ ਆਓ ਜਾਣਦੇ ਇਸ ਉੱਤੇ ਯੂਥ ਦੇ ਵਿਚਾਰ ਕੇ ਉਹਨਾਂ ਦਾ ਕੀ ਕਹਿਣਾ। JNU ਦਾ ਮਾਮਲਾ ਦਿਨ ਬ ਦਿਨ ਜਿਹੜਾ ਵੱਧਦਾ ਜਾ ਰਿਹਾ, ਅਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਕਰ ਰਹੀ ਹੈ? ਹਾਲ ਹੀ ਦੇ ਵਿੱਚ ਉੱਥੇ ਲਾਠੀਚਾਰਜ ਹੋਇਆ ਸੀਗਾ, ਹੈ ਨਾ, ਨਕਾਬਪੋਸ਼ ਆਏ ਸੀਗੇ, ਅਤੇ ਪੁਲਿਸ ਪ੍ਰਸ਼ਾਸਨ ਨੇ ਹਾਲੇ ਤੱਕ ਇਹੀ ਚੀਜ਼ ਪਤਾ ਨਹੀਂ ਕੀਤੀ ਹੈ ਕਿ ਆਖਿਰ ਉਹ ਕੌਣ ਹੈ। ਇਸ ਬਾਰੇ ਕੀ ਕਹਿਣਾ ਤੁਹਾਡਾ? ਮੈਮ, ਜਿੱਦਾਂ ਕਿ ਐਕਚੁਅਲੀ ਜੋ ਦਿੱਲੀ ਪੁਲਿਸ ਹੈ ਉਹ ਡਾਇਰੈਕਟਲੀ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ, ਗਵਰਨਮੈਂਟ ਆਫ ਇੰਡੀਆ ਦੇ। ਅਤੇ ਆਪਾਂ ਦੇਖਿਆ ਕਿ ਜੋ ਨਕਾਬਪੋਸ਼ ਬੰਦੇ ਸੀ ਉਹ ਸਾਰੇ ਉਹਨਾਂ ਨੂੰ ਸਾਹਮਣੇ ਦੇ ਲੰਘ ਰਹੇ ਸੀ ਅਤੇ ਪੁਲਿਸ ਕੋਈ ਐਕਸ਼ਨ ਹੀ ਨਹੀਂ ਲੈ ਰਹੀ ਸੀ। ਤਾਂ ਪੁਲਿਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਸੀ ਜਿਹੜਾ ਉਹਨਾਂ ਨੇ ਨਹੀਂ ਕੀਤਾ। ਅਤੇ ਜਿਹੜੇ ਪ੍ਰੋਟੈਸਟ ਵਗੈਰਾ ਹੋਏ ਸੀ, ਲੈਫਟ ਵਾਲਿਆਂ ਨੇ ਵੀ ਗਲਤ ਕੀਤਾ। ਪਹਿਲੇ ਉਹਨਾਂ ਨੇ ਸਰਵਰ ਰੂਮ ਬੰਦ ਕੀਤਾ ਸੀ ਸਟੂਡੈਂਟਸ ਦਾ ਜਦੋਂ ਰਜਿਸਟ੍ਰੇਸ਼ਨ ਪ੍ਰੋਸੈਸ ਸਟਾਰਟ ਹੋਇਆ ਸੀ, ਅਤੇ ਫਿਰ ਬਾਅਦ ਵਿੱਚ ਜਦੋਂ ਉਹਨਾਂ ਦੀ ਲੜਾਈ ਹੋਈ ਉਹ ਬਹੁਤ ਗਲਤ ਹੋਇਆ ਸੀ ਕਿ ਉਹਨਾਂ ਨੇ ਹਥਿਆਰ ਵਗੈਰਾ ਲੈ ਕੇ ਗਏ। ਅਤੇ ਨੈਸ਼ਨਲ ਟੈਲੀਵਿਜ਼ਨ ਅਤੇ ABBP ਦੀ ਜਨਰਲ ਸੈਕਟਰੀ ਨੇ ਖੁਦ ਐਡਮਿਟ ਕੀਤਾ ਹੈ ਕਿ ਆਪਾਂ ਹਥਿਆਰ ਵਗੈਰਾ ਲਏ ਸੀ, ਈਵਨ ਤੱਕ ਕਿ ਐਸਿਡਸ ਚੱਕੇ ਹੋਏ ਸੀ ਉਹਨਾਂ ਨੇ। ਤਾਂ ਇਹ ਸਭ ਸਟੂਡੈਂਟਸ ਔਰਗਨਾਈਜੇਸ਼ਨ ਨੂੰ ਸੂਟ ਨਹੀਂ ਕਰਦਾ, ਅਤੇ ਉੱਤੋਂ ਵੀ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਸੀ। ਪੁਲਿਸ ਆਪਣੇ ਜੋ ਉਹਨਾਂ ਦੇ ਸਪੋਰਟਰ ਸੀ ਉਹਨਾਂ ਨੂੰ ਸ਼ਹਿ ਦੇ ਰਹੀ ਸੀ ਆਪਣੀ, ਅਤੇ ਆ ਸਭ ਗਲਤ ਸੀ। ਹਾਂਜੀ, ਅਤੇ ਬਿਲਕੁਲ ਜੀ, ਹੁਣ ਇਸ ਮਾਮਲੇ ਦੇ ਵਿੱਚ ਸੈਲੀਬ੍ਰਿਟੀਜ਼, ਇਹ ਲਿਸਟ ਸੈਲੀਬ੍ਰਿਟੀਜ਼ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਵੀ ਜੇ ਆ ਕੇ ਇਨਵੋਲਵ ਹੋ ਰਹੇ ਨੇ, ਉਹ ਸਪੋਰਟ ਕਰ ਰਹੇ ਆ ਸਟੂਡੈਂਟਸ ਨੂੰ, ਤਾਂ ਇਸ ਚੀਜ਼ ਨੂੰ ਵੀ ਕੀ ਹੈ ਕਿ ਗਲਤ ਲੈ ਕੇ ਚੱਲ ਰਹੀ ਹੈ ਸਰਕਾਰ, ਉਹ ਕਹਿ ਰਹੀ ਹੈ ਕਿ ਉਹਨਾਂ ਦੀ ਫਿਲਮਾਂ ਨੂੰ ਬੋਇਕਾਟ ਕਰ ਦਿੱਤਾ ਜਾਵੇ, ਕਿੰਨਾ ਕੁ ਸਹੀ ਆ? ਤਾਂ ਇਹ ਤਾਂ ਬਹੁਤ ਗਲਤ ਹੈ। ਐਕਚੁਅਲੀ ਸਭ ਦਾ ਡੈਮੋਕਰੇਟਿਕ ਰਾਈਟ ਹੈ, ਆਪਾਂ ਜਿੱਥੇ ਮਰਜ਼ੀ ਜਾ ਸਕਦੇ ਹਾਂ। ਅੱਜ ਜੋ ਸਾਡੇ ਟੈਲੀਵਿਜ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਹੈ, ਉਹਨਾਂ ਦੀ ਵੀ ਸਟੇਟਮੈਂਟ ਆਈ ਕਿ ਦੀਪਿਕਾ ਕੋਲ ਆਪਣੇ ਰਾਈਟ ਹੈ, ਉਹ ਜਿੱਥੇ ਮਰਜ਼ੀ ਜਾ ਸਕਦੇ। ਸਾਨੂੰ ਗਵਰਨਮੈਂਟ ਨੇ ਖੁਦ ਰਾਈਟਸ ਦਿੱਤੇ ਹੋਏ, ਕੌਂਸਟੀਟਿਊਸ਼ਨ ਨੇ ਰਾਈਟਸ ਦਿੱਤੇ ਹੋਏ ਕਿ ਆਪਾਂ ਕਿਤੇ ਵੀ ਜਾ ਸਕਦੇ, ਪ੍ਰੋਟੈਸਟ ਕਰ ਸਕਦੇ, ਜੁਆਇਨ ਕਰ ਸਕਦੇ ਪੀਸਫੁਲੀ। ਤਾਂ ਦੀਪਿਕਾ ਨੇ ਤਾਂ ਆਪਣੇ ਮਨ ਦੀ ਕੀਤੀ ਨਾ ਕਿ ਉਹਨੂੰ ਜੋ ਸਹੀ ਲੱਗ ਰਿਹਾ ਸੀ ਉਹਨਾਂ ਨੂੰ ਉਹਨੂੰ ਸਪੋਰਟ ਕੀਤਾ, ਅਤੇ ਇਸ ਕਰਕੇ ਤਾਂ ਦੀਪਿਕਾ ਆਪਣੇ ਅਕੋਰਡਿੰਗ ਤਾਂ ਸਹੀ ਹੋਊਗੀ। ਹਾਂਜੀ, ਅਤੇ ਜੇਕਰ ਇੱਦਾਂ ਦੇ ਕੋਈ ਨੈਸ਼ਨਲ ਮੁੱਦੇ ਉੱਠਦੇ ਹੈਗੇ ਆ, ਅਤੇ ਕਦੀ ਵੀ ਕੋਈ ਵੀ ਸੈਲੀਬ੍ਰਿਟੀ ਜਿਹੜਾ ਇਨਵੋਲਵ ਹੁੰਦਾ ਹੈਗਾ, ਤਾਂ ਉਹਨੂੰ ਹਮੇਸ਼ਾ ਪਬਲਿਸਿਟੀ ਸਟੰਟ ਦਾ ਨਾਮ ਦਿੱਤਾ ਜਾਂਦਾ, ਕੀ ਕਹਿਣਾ ਤੁਹਾਡਾ? ਮੈਮ, ਐਕਚੁਅਲੀ ਦੇਖੋ, ਉਹਨਾਂ ਦੀ ਫੋਲੋਇੰਗ ਬਹੁਤ ਜ਼ਿਆਦਾ ਹੁੰਦੀ, ਇੱਕ ਜੋ ਇੱਕ ਸਟੇਟਮੈਂਟ, ਉਹ ਵੈਰੀ ਇਨਫਲੂਐਂਸ਼ਲ ਪੀਪਲ ਹੁੰਦੇ, ਉਹਨਾਂ ਦੀ ਸਟੇਟਮੈਂਟ ਬਹੁਤ ਇਫੈਕਟ ਕਰ ਸਕਦੀ ਬੰਦਿਆਂ ਨੂੰ, ਅਤੇ ਜੋ ਵੀ ਕੁਛ ਬੋਲ ਦਿੰਦੇ ਉਹ ਫੈਨ ਸੀਰੀਅਸਲੀ ਵੀ ਲੈ ਸਕਦੇ ਨੇ। ਤਾਂ ਇਸ ਕਰਕੇ ਜੋ ਉਹ ਸਟੇਟਮੈਂਟ ਦਿੰਦੇ ਨੇ ਤਾਂ ਉਹ ਫੈਨਸ ਕਈ ਵਾਰ ਓਫੈਂਡ ਵੀ ਹੋ ਜਾਂਦੇ, ਕਈ ਵਾਰ ਉਹ ਵੀ ਹੋ ਜਾਂਦੇ ਨੇ। ਤਾਂ ਬਾਕੀ ਇਹ ਗੱਲ ਗਲਤ ਹੈ ਕਿ ਉਹਨਾਂ ਦੀ ਫਿਲਮਸ ਨੂੰ ਬੋਇਕਆਊਟ ਕਰਨ ਦਾ ਉਹ ਦਿੱਤਾ ਜਾਂਦਾ ਹੈ ਕਿ ਉਹਨਾਂ ਦੀ ਫਿਲਮਸ ਬੋਇਕਆਊਟ ਕਰ ਦਿਓ, ਇਹ ਕਰ ਦਿਓ, ਬਟ ਇਹ ਸਾਰਾ ਸਰ ਗਲਤ ਹੈ। ਅਤੇ ਜਿੱਥੇ ਤੱਕ ਦੀਪਿਕਾ ਪਾਡੂਕੋਨ ਦੀ ਹੋਈ, ਤਾਂ ਉਹਦਾ ਪਿਛਲੀ ਵਾਰ ਪਦਮਾਵਤ ਟਾਈਮ ਵੀ ਕੇਸ ਹੋਇਆ ਸੀ ਕਿ ਰਾਜਪੂਤ ਦੀ ਫਿਲਮ ਬੋਇਕਆਊਟ ਕਰਨ ਨੂੰ ਕਹਿ ਰਹੇ ਸੀ, ਪਰ ਫਿਰ ਵੀ ਲੋਕਾਂ ਨੇ ਵੇਖੀ ਸੀ, ਤਾਂ ਐਕਸਟ੍ਰੀਮਲੀ ਸੁਪਰ ਹਿੱਟ ਹੋਈ ਸੀ ਉਹ। ਤਾਂ ਇਹੀ ਹੈ, ਮਤਲਬ ਜੋ ਉਹਨਾਂ ਦਾ ਰਾਈਟ ਹੈ ਉਹਨਾਂ ਨੇ ਆਪਣਾ ਆਪ ਕੀਤਾ ਸੀ ਉਹ।
ਤੇ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ JNU ਦਾ ਮੁੱਦਾ ਹੈਗਾ ਹੈ, ਇੱਕ ਨੋਰਮਲ ਫੀ ਹਾਈਕ ਦਾ ਮੁੱਦਾ ਸੀਗਾ ਜਿਹੜਾ, ਇਹਨੂੰ ਮਤਲਬ ਸੋਸ਼ਲ ਜਿਹੜੇ ਸਾਡੇ ਸੈਲੀਬ੍ਰਿਟੀਜ਼ ਨੇ, ਚਾਹੇ ਉਹਨਾਂ ਨੂੰ ਕਹਿ ਦਿਓ, ਚਾਹੇ ਤੁਸੀਂ ਪੋਲੀਟੀਕਲ ਪਾਰਟੀਜ਼ ਨੂੰ ਵੀ ਕਹਿ ਦਿਓ ਅਤੇ ਪੁਲਿਸ ਪ੍ਰਸ਼ਾਸਨ ਦਾ ਨਾਮ ਹੀ ਲੈ ਲਓ, ਉਹਨਾਂ ਸਾਰਿਆਂ ਨੇ ਰਲ ਮਿਲ ਕੇ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਵੱਡਾ ਬਣਾ ਦਿੱਤਾ। ਨਹੀਂ ਮੈਮ, ਐਕਚੁਅਲੀ ਮੁੱਦਾ ਤਾਂ ਐਕਚੁਅਲੀ ਵੱਡਾ ਹੀ ਹੈ, ਕਿਉਂਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਹੈ ਕਿ ਗਵਰਨਮੈਂਟ ਐਜੂਕੇਸ਼ਨ ਨੂੰ ਬਹੁਤ ਜ਼ਿਆਦਾ ਪ੍ਰਾਈਵੇਟਾਈਜ਼ ਕਰ ਰਹੀ ਹੈ। ਸਾਡੀ ਇਕੋਨਮੀ ਜੋ ਸਾਡੀ ਜੋ ਦੇਸ਼ ਹੈ ਉਹ ਸੋਸ਼ਲਿਸਟ ਇਕੋਨਮੀ 'ਤੇ ਚੱਲ ਰਿਹਾ ਹੈ ਅਤੇ ਬਹੁਤ ਜ਼ਿਆਦਾ ਲੋਕ ਗਰੀਬ ਨੇ, ਅਤੇ ਐਵੇਂ ਕਿ ਹੁਣ ਸਰਵੇ ਆਏ ਸੀ 50% ਆਫ ਸਟੂਡੈਂਟਸ ਇਨ JNU ਆਰ ਬਿਲੋ ਪੋਵਰਟੀ ਲਾਈਨ। ਅਗਰ ਜੇ ਫੀਸਾਂ ਵੱਧ ਗਈ ਉਹਨਾਂ ਨੂੰ ਸਟੱਡੀਜ਼ ਛੱਡਣੀ ਪੈ ਜਾਣਗੀ, ਅਤੇ ਉੱਥੇ ਬੈਸਟ ਮਾਇੰਡ ਆਫ ਕੰਟਰੀ ਜਾਂਦੇ ਨੇ, ਤੁਹਾਨੂੰ ਖੁਦ ਪਤਾ, ਉਹ ਬਹੁਤ ਹੀ ਵਧੀਆ ਪਲੇਟਫਾਰਮ ਪ੍ਰੋਵਾਈਡ ਕਰਦਾ ਹੈ ਡਿਸਕਸ਼ਨ ਅਤੇ ਡਿਬੇਟਸ ਦਾ। ਤਾਂ ਕਰਕੇ ਜੇ ਐਜੂਕੇਸ਼ਨ ਨੂੰ ਗਵਰਨਮੈਂਟ ਪ੍ਰਾਈਵੇਟਾਈਜ਼ ਕਰ ਰਹੀ ਹੈ ਕੁਛ, ਤਾਂ ਸਿਰਫ ਅਮੀਰ ਬੱਚੇ ਹੀ ਪੜ੍ਹ ਪੈਣਗੇ ਅਤੇ ਗਰੀਬ ਬੰਦਾ ਪੜ੍ਹ ਹੀ ਨਹੀਂ ਪਾਉਣਗਾ, ਅਤੇ ਇਸ ਕਰਕੇ ਗਲਤ ਕਰ ਰਹੇ ਨੇ। ਤਾਂ ਇਸ ਕਰਕੇ ਜੋ ਨੈਸ਼ਨਲ ਲੈਵਲ 'ਤੇ ਐਜੂਕੇਸ਼ਨ ਨੂੰ ਲੈ ਕੇ ਪ੍ਰੋਟੈਸਟ ਆ ਰਹੇ ਨੇ ਉਹ ਸਹੀ ਆ ਰਹੇ ਨੇ, ਅਤੇ ਕਿਤੇ ਨਾ ਕਿਤੇ ਇਹ ਗੱਲ ਵੀ ਉੱਠੀ ਸੀਗੀ ਕਿ ਜਿਹੜੀ JNU ਹੈ ਉਹਨੂੰ ਬੰਦ ਕਰ ਦਿੱਤਾ ਜਾਵੇਗਾ। ਹਾਂ ਨਹੀਂ ਨਹੀਂ JNU ਨੂੰ ਕੋਈ, ਤੁਸੀਂ ਦੇਖੋ ਨੋਟੇਬਲ ਜਿਸ ਨੂੰ ਹਲੇ ਨੋਬਲ ਪ੍ਰਾਈਜ਼ ਮਿਲਿਆ ਅਭਿਨਵ ਬੈਨਰਜੀ, ਉਹ ਵੀ JNU ਤੋਂ ਪਾਸ ਆਊਟ ਹੈ। ਤਾਂ NN ਨੇ ਉੱਥੋਂ ਮਤਲਬ ਜੋ ਜਿਨ੍ਹਾਂ ਨੇ ਆਪਣੀ ਫੀਲਡ 'ਚ ਬਹੁਤ ਜ਼ਿਆਦਾ ਐਕਸੈਪਸ਼ਨਲ ਕੀਤਾ, ਮੋਸਟ ਆਫ ਦਾ IAS ਆਫਿਸਰਸ ਉਹ ਵੀ JNU ਤੋਂ ਪਾਸ ਆਊਟ ਹੁੰਦੇ ਨੇ। ਤਾਂ ਇਸ ਕਰਕੇ JNU ਇੱਕ ਬਹੁਤ ਤਕੜਾ ਪਲੇਟਫਾਰਮ ਹੈ ਜਿੱਥੇ ਡਿਬੇਟਸ ਡਿਸਕਸ਼ਨ ਵਾਸਤੇ ਬਹੁਤ ਤਕੜਾ ਇਨਵਾਇਰਮੈਂਟ ਮਿਲਦਾ। ਤਾਂ ਇਸ ਕਰਕੇ ਉਹਨੂੰ ਬੰਦ ਕਰਨਾ ਸਹੀ ਹੈ ਤਾਂ ਹੈ ਨਹੀਂ, ਬਟ ਉਹ ਸੈਂਟਰ ਗਵਰਨਮੈਂਟ ਅੰਡਰ ਆਉਂਦਾ ਤਾਂ ਉਹਨਾਂ ਨੂੰ ਫੰਡਿੰਗ ਦੇਣੀ ਚਾਹੀਦੀ ਹੋਰ, ਤਾਂ ਕਿ ਉੱਥੇ ਬੱਚਾ ਗਰੀਬ ਤੋਂ ਗਰੀਬ ਬੱਚਾ ਵੀ ਪੜ੍ਹ ਸਕੇ ਉੱਥੇ। JNU ਦਾ ਮਾਮੂਲੀ ਫੀ ਹਾਈਕ ਦਾ ਜਿਹੜਾ ਮੁੱਦਾ ਸੀਗਾ ਉਹ ਹੁਣ ਰੇਜ਼ ਹੋ ਕੇ ਕਾਫੀ ਜ਼ਿਆਦਾ ਵੱਡਾ ਬਣ ਚੁੱਕਿਆ, ਇਸ ਬਾਰੇ ਕੀ ਕਹਿਣਾ ਤੁਹਾਡਾ? देखिए जो JNU में मामला है फी हाइक का, वो अब फी हाइक तक नहीं रह गया है, वो कहीं ना कहीं CAA NRC तक भी पहुंच गया है और ये इसी तरह बढ़ता रहेगा मामला, क्योंकि जिस तरह सरकार जो कदम उठा रही है वो कहीं ना कहीं देश हित के लिए सही नहीं है, मेरी इसमें ये राय है। ਅਤੇ ਜੀ ਹੁਣ ਅਸੀਂ ਦੇਖਿਆ ਵੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਕਰ ਰਹੀ ਹੈ? ਤੁਹਾਨੂੰ ਸ਼ਾਇਦ ਪਤਾ ਹੀ ਹੋਏਗਾ ਕਿ ਹਾਲ ਹੀ ਦੇ ਵਿੱਚ ਉੱਥੇ ਕੁਝ ਮਾਸਕ ਦੇ ਜਿਹੜੇ ਲੋਕ ਸੀਗੇ ਆਏ ਸੀਗੇ, ਨਕਾਬਪੋਸ਼ ਜਿਹੜੇ ਉੱਥੇ ਆਏ ਸੀਗੇ, ਅਤੇ ਉੱਥੇ ਆ ਕੇ ਉਹਨਾਂ ਨੇ ਨਾ ਸਿਰਫ ਫੈਕਲਟੀ ਮੈਂਬਰ, ਉੱਥੇ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਵੀ ਮਾਰਿਆ ਕੁੱਟਿਆ, ਅਤੇ ਇਹ ਕਿੰਨਾ ਕੁ ਸਹੀ ਆ? ਦੇਖੀਏ, ਲੜਾਈ ਜਾਂ ਦੰਗਾ ਕਿਸੇ ਵੀ ਹੱਦ ਤੱਕ ਸਹੀ ਨਹੀਂ ਹੋ ਸਕਦਾ, ਨਾ ਇਹ ਕਿਸੇ ਚੀਜ਼ ਦਾ ਸੋਲਿਊਸ਼ਨ ਹੋ ਸਕਦਾ ਹੈ। ਕਿਸੇ ਵੀ ਮਾਰਪੀਟ ਜਾਂ ਲੜਾਈ ਝਗੜਾ ਸੋਲਿਊਸ਼ਨ ਇਸ ਲਈ ਵੀ ਨਹੀਂ ਹੈ ਕਿਉਂਕਿ ਆਪ ਵਾਇਲੈਂਸ ਸੇ ਕਿਸੀ ਵੀ ਚੀਜ਼ ਕੋ ਰੋਕ ਨਹੀਂ ਸਕਤੇ, ਬਲਕਿ ਵਾਇਲੈਂਸ ਉਸ ਚੀਜ਼ ਕੋ ਔਰ ਬੜਾਤੀ ਹੀ ਹੈ, ਤੋ ਇਹ ਇੱਕ ਬਹੁਤ ਗਲਤ ਹੈ। ਔਰ ਇਹ ਜੋ ਨਕਾਬਪੋਸ਼ ਲੋਕ ਥੇ ਇਹਨੇ ਜੋ ਕਿਹਾ ਵੋ ਗਲਤ ਕਿਹਾ, ਮੈਂ ਇਸ ਬਾਤ ਕਾ ਖੰਡਨ ਕਰਤਾ ਹੂੰ। ਨਹੀਂ, ਮੇਰੇ ਕਹਿਣ ਦਾ ਮਤਲਬ ਇਹ ਕਿ ਜੀ ਪੁਲਿਸ ਪ੍ਰਸ਼ਾਸਨ ਇਸ ਕੇਸ ਵਿੱਚ ਕੀ ਕਰ ਰਹੀ ਹੈ, ਉਹ ਬਜਾਏ ਕਿ ਸਟੂਡੈਂਟਸ ਦੇ ਪਿੱਛੇ ਪੈਣ ਦੇ, ਜੇਕਰ ਉਹਨਾਂ ਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰੇ ਤਾਂ ਜ਼ਿਆਦਾ ਵਧੀਆ ਨਹੀਂ ਹੋਏਗਾ? ਹਾਂ, ਇਸ ਕੇ ਬਾਰੇ ਮੈਂ ਆਪਕੋ ਇੱਕ ਵੋ ਜੁਮਾ ਕੇ ਸਿਕਿਉਰਿਟੀ ਗਾਰਡਸ ਥੇ ਉਨ ਪੇ ਵੀ FIR ਦਰਜ ਕੀ ਗਈ ਹੈ ਕਿ ਉਹਨੇ ਉਨਕੋ ਐਂਟਰ ਕੈਸੇ ਹੋਣੇ ਦਿਆ ਜੋ ਨਕਾਬਪੋਸ਼ ਲੋਕ ਥੇ, ਔਰ ਉਨ ਪੇ ਵੀ ਕਾਰਵਾਈ ਕੀ ਗਈ ਹੈ, ਔਰ ਪੁਲਿਸ ਪ੍ਰਸ਼ਾਸਨ ਕਾ ਯਹਾਂ ਪੇ ਇਹ ਜ਼ਿੰਮੇਵਾਰੀ ਬਣਤੀ ਹੈ ਕਿ ਵੋ ਉਨ ਲੋਗੋਂ ਕੋ ਢੂੰਢੇ ਔਰ ਉਨ ਪੇ ਕਾਰਵਾਈ ਕਰੇ। ਅਤੇ ਹੁਣ ਇਹ ਜਿਹੜਾ ਮੁੱਦਾ ਹੈਗਾ ਆ ਇਹ ਕਾਫੀ ਨੈਸ਼ਨਲ ਲੈਵਲ ਤੱਕ ਪਹੁੰਚ ਚੁੱਕਿਆ ਹੈਗਾ, ਜਿਹੜੇ ਏ ਲਿਸਟ ਸੈਲੀਬ੍ਰਿਟੀਜ਼ ਨੇ ਉਹ ਵੀ ਆ ਕੇ ਇੱਥੇ ਇਨਵੋਲਵ ਹੋ ਰਹੇ ਨੇ, ਉਹ ਸਪੋਰਟ ਕਰ ਰਹੇ ਨੇ ਸਟੂਡੈਂਟਸ ਨੂੰ, ਅਤੇ ਇਸ ਜਿਹੜੀ ਸਪੋਰਟ ਹੈਗੀ ਹੈ ਇਹਨੂੰ ਵੀ ਇੱਕ ਤਰੀਕੇ ਨਾਲ ਉਹਨਾਂ ਨੇ ਕਹਿ ਦਿੱਤਾ ਕਿ ਆਪਣੀ ਪ੍ਰਮੋਸ਼ਨਲ ਸਟ੍ਰੈਟਜੀ ਹੈ। ਤੋ ਇਸ ਕੇ ਬਾਰੇ ਮੈਂ ਇਹ ਕਹਿਣਾ ਚਾਹੂੰਗਾ ਕਿ ਅਗਰ ਕੋਈ ਸੈਲੀਬ੍ਰਿਟੀ ਆ ਕੇ ਸਪੋਰਟ ਕਰ ਰਿਹਾ ਹੈ ਤੋ ਇਹ ਕਿਸੇ ਵੀ ਹੱਦ ਤੱਕ ਗਲਤ ਨਹੀਂ ਹੈ, ਵੋ ਉਨਕਾ ਨਿੱਜੀ ਮਾਮਲਾ ਹੈ, ਵੋ ਕਿਸੇ ਚੀਜ਼ ਕੋ ਸਪੋਰਟ ਕਰ ਰਹੇ ਜਾਂ ਨਹੀਂ, ਉਸਕੋ ਆਪ ਇੱਕ ਨੈਸ਼ਨਲ ਲੈਵਲ ਪੇ ਉਨਕੇ ਪ੍ਰੋਫੈਸ਼ਨਲ ਲੈਵਲ ਪੇ ਆਪ ਉਸਕੋ ਕੰਡੈਮ ਨਹੀਂ ਕਰ ਸਕਤੇ, ਕਿਉਂਕਿ ਵੈਸੇ ਦੇਖਾ ਜਾਏ ਤੋ ਉਨਕੀ ਮੂਵੀਜ਼ ਕੋ ਲੈ ਕੇ ਕੰਡੈਮ ਕੀਆ ਜਾ ਰਿਹਾ ਕਿ ਉਸਮੇ ਉਸਕਾ ਕੁਛ ਖਾਨ ਨਾਮ ਥਾ, ਉਸਕੋ ਰਾਜੇਸ਼ ਨਾਮ ਕਰ ਦਿਆ ਗਿਆ, ਇਸ ਬਾਰੇ ਮੇਂ ਵੀ ਕੰਡੈਮ ਕੀਆ ਗਿਆ, ਵੋ ਉਨਕਾ ਪ੍ਰੋਫੈਸ਼ਨਲ ਵਰਕ ਹੈ, ਪਰ ਉਨਕਾ ਜੋ ਪਰਸਨਲ ਵਿਊ ਹੈ ਕਿਸੇ ਚੀਜ਼ ਕੇ ਲਈ ਉਸ ਪੇ ਆਪ ਉਨਕੋ ਕੰਡੈਮ ਨਹੀਂ ਕਰ ਸਕਤੇ।
ਅਤੇ ਹੁਣ ਇਸ ਚੀਜ਼ ਨੂੰ ਦੇਖ ਕੇ ਸਰਕਾਰਾਂ ਕੁਛ ਹੱਦ ਤੱਕ ਜਾਂ ਫਿਰ ਕਹਿ ਲਓ ਡਰ ਗਈਆਂ ਨੇ ਜਾਂ ਫਿਰ ਉਹਨਾਂ ਦੇ ਅੰਦਰ ਪਤਾ ਨਹੀਂ ਕੀ ਚੀਜ਼ ਆ ਗਈ ਹੈ ਕਿ ਉਹਨਾਂ ਨੇ ਇਹ ਅਪੀਲ ਕਰ ਦਿੱਤੀ ਹੈ ਦੇਸ਼ ਵਾਸੀਆਂ ਨੂੰ ਕਿ ਜਿਹੜੀ ਫਿਲਮ ਹੈ ਉਹਨਾਂ ਦੀਆਂ ਉਹਨਾਂ ਨੂੰ ਬੋਇਕਾਟ ਕਰ ਦਿੱਤਾ ਜਾਵੇ। ਇਹ ਕਾਫੀ ਹੱਦ ਤੱਕ ਗਲਤ ਹੈ ਕਿਉਂਕਿ ਉਹ ਉਨ੍ਹਾਂ ਪ੍ਰੋਫੈਸ਼ਨਲ ਮਾਮਲਾ ਹੈ, ਉਹ ਉਨ੍ਹਾਂ ਪ੍ਰੋਫੈਸ਼ਨਲ ਵਰਕ ਹੈ, ਜਬਕਿ ਜੋ ਵਹਾਂ ਪੇ ਉਨ੍ਹਾਂ ਸਪੋਰਟ ਕਰਨਾ ਤਾਂ ਉਹ ਉਨ੍ਹਾਂ ਪਰਸਨਲ ਵਿਊ ਥਾ ਔਰ ਪਰਸਨਲ ਫੈਸਲਾ ਥਾ। ਇਹ ਦੋਨੋਂ ਚੀਜ਼ਾਂ ਅਲੱਗ ਅਲੱਗ ਹੈ, ਪ੍ਰੋਫੈਸ਼ਨਲ ਲਾਈਫ ਇੱਕ ਅਲੱਗ ਚੀਜ਼ ਹੈ ਔਰ ਪਰਸਨਲ ਲਾਈਫ ਇੱਕ ਅਲੱਗ ਚੀਜ਼ ਹੈ, ਤਾਂ ਇਹ ਦੋਨੋਂ ਅਲੱਗ ਅਲੱਗ ਰੱਖਾ ਜਾਣਾ ਚਾਹੀਏ ਮੁਝੇ ਇਹ ਲੱਗਦਾ ਹੈ। ਅਤੇ ਜਿਹੜੇ ਉੱਥੇ ਦੇ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਵੀ ਜਿਹੜੇ ਪੁਲਿਸ ਪ੍ਰਸ਼ਾਸਨ ਹੈਗਾ ਆ ਉਹ ਲਾਠੀ ਚਾਰਜ ਕਰ ਦਿੰਦੀ ਹੈ, ਹਿੱਟ ਕਰ ਦਿੰਦੀ ਹੈ, ਤੁਹਾਨੂੰ ਪਤਾ ਹੀ ਹੋਗਾ ਹਾਲ ਹੀ ਦੇ ਵਿੱਚ ਇੱਕ ਫੀਮੇਲ ਸਟੂਡੈਂਟ ਸੀਗੀ ਜਿਹੜੀ ਉਹਨੂੰ ਵੀ ਹਿੱਟ ਕਰ ਦਿੱਤਾ ਗਿਆ ਸੀ। ਤਾਂ ਇਹ ਇੱਕ ਬਹੁਤ ਗਲਤ ਅਵਧਾਰਨਾ ਹੈ ਜੋ ਪੁਲਿਸ ਨੇ ਉਹਨੂੰ ਪੀਟਾ ਹੈ, ਕਿਉਂਕਿ ਕਿਸੇ ਸਟੂਡੈਂਟ ਕੋ ਮਾਰਨਾ ਗਲਤ ਹੈ। ਇੱਕ ਐਜੂਕੇਸ਼ਨ ਇੰਸਟੀਟਿਊਸ਼ਨ ਮੇ ਜਾ ਕੇ ਆਪ ਕਿਸੇ ਸਟੂਡੈਂਟ ਕੋ ਮਾਰ ਰਹੇ ਹੋ, ਇਹ ਗਲਤ ਹੈ, ਜੋ ਕਿ ਪ੍ਰੋਟੈਸਟ ਕਰ ਰਹੇ ਹੈ ਉਹ ਵੀ ਕੋਈ ਵਾਇਲੈਂਟ ਪ੍ਰੋਟੈਸਟ ਨਹੀਂ ਥਾ, ਤਾਂ ਇਹ ਗਲਤ ਹੈ। ਅਤੇ ਅਕਸਰ ਇਹ ਦੇਖਿਆ ਜਾਂਦਾ ਹੈਗਾ ਆ ਜੇਕਰ ਨੋਰਮਲ ਲੋਕ ਯਾਨੀ ਕਿ ਆਮ ਲੋਕ ਪ੍ਰੋਟੈਸਟ ਵਾਸਤੇ ਨਿਕਲਦੇ ਹੈਗੇ ਆ ਤਾਂ ਬਹੁਤ ਘੱਟ ਹੀ ਹੁੰਦਾ ਕਿ ਸਰਕਾਰਾਂ ਉਹਨਾਂ ਦੀ ਜਿਹੜੀ ਗੱਲ ਹੁੰਦੀ ਆ ਉਹਨਾਂ ਨੂੰ ਸੁਣਦੀਆਂ ਨੇ। ਅਤੇ ਹੁਣ ਜਦੋਂ ਕੋਈ ਏ ਲਿਸਟ ਸੈਲੀਬ੍ਰਿਟੀ ਆ ਕੇ ਉੱਥੇ ਉਹਨਾਂ ਨੂੰ ਸਪੋਰਟ ਕਰ ਰਿਹਾ ਹੈਗਾ ਤਾਂ ਹੁਣ ਸਰਕਾਰਾਂ ਜਿਹੜੀਆਂ ਉਹ ਹਿੱਲ ਗਈਆਂ ਨੇ? ਨਹੀਂ, ਮੈਨੂੰ ਐਸਾ ਕੁਛ ਨਹੀਂ ਲੱਗਦਾ, ਕਿਉਂਕਿ ਆਮ ਲੋਕਾਂ ਦਾ ਕਿਸੇ ਪ੍ਰੋਟੈਸਟ ਮੇ ਹੋਣਾ ਜ਼ਿਆਦਾ ਜ਼ਰੂਰੀ ਹੈ। ਸੈਲੀਬ੍ਰਿਟੀਜ਼ ਹੋ ਨਾ ਹੋ ਉਨਸੇ ਉਤਨਾ ਫਰਕ ਨਹੀਂ ਪੜਤਾ, ਕਿਉਂਕਿ ਆਪਕੇ ਦੇਸ਼ ਆਪਕਾ ਜੋ ਦੇਸ਼ ਆਪਕੀ ਜੋ ਸਰਕਾਰ ਹੈ ਉਹ ਆਮ ਲੋਕੋ ਸੇ ਬਣਤੀ ਹੈ, ਤੋ ਆਮ ਲੋਕੋ ਕਾ ਕਿਸੀ ਵੀ ਪ੍ਰੋਟੈਸਟ ਮੇ ਹੋਣਾ ਜ਼ਿਆਦਾ ਜ਼ਰੂਰੀ ਹੈ, ਬਜਾਏ ਇਸਕੇ ਕਿ ਆਪ ਏ ਗ੍ਰੇਟ ਸਿਟੀਜ਼ਨ ਜਾਂ ਕਿਸੀ ਔਰ ਕੋ ਆਪ ਉਸਕੇ ਲੀਏ ਬੁਲਾਤੇ ਹੋ। ਬਿਲਕੁਲ। JNU ਦਾ ਮਾਮੂਲੀ ਫੀ ਹਾਈਕ ਦਾ ਮੁੱਦਾ ਜਿਹੜਾ ਸੀਗਾ ਅੱਜ ਉਹ ਨੈਸ਼ਨਲ ਮੁੱਦਾ ਬਣ ਚੁੱਕਿਆ ਹੈ, ਕਾਫੀ ਵੱਡਾ ਮੁੱਦਾ ਬਣ ਚੁੱਕਿਆ, ਇਸ ਬਾਰੇ ਕੀ ਕਹਿਣਾ ਤੁਹਾਡਾ? ਫੀ ਹਾਈਕ ਕਾ ਮੁੱਦਾ ਨਹੀਂ ਹੈ, ਇਹ ਤੋਂ ਅਭੀ NRC ਕੋ ਲੈ ਕੇ ਬੈਠੇ ਹੈ ਨਾ ਉਹ ਲੋਕ, ਹਾਂ ਤੋ ਫਿਰ ਫੀ ਹਾਈਕ ਕਾ ਤੋ ਹੈ ਨਹੀਂ ਇਸਮੇ ਕੁਛ। ਮੁੱਦਾ ਤਾਂ ਇਹੀ ਹੈ ਕਿ ਅਭੀ ਜੋ ਮੁੱਦਾ ਬਣਾਇਆ JNU ਮੇਂ ਉਹ ਤੋਂ ਲੇਟੈਸਟ ਇਹ ਬਣਾਇਆ ਕਿ ਜੋ ABVP ਕੇ ਲੋਕ ਥੇ ਉਹਨੇ ਜੋ JNU ਸਟੂਡੈਂਟ ਕੌਂਸਲ ਕੇ ਪ੍ਰੈਜੀਡੈਂਟ ਹੈ ਉਹਨੂੰ ਮਾਰਾ ਹੈ, ਲੇਕਿਨ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ, ਉਸਕੇ ਬਾਅਦ ਬਣਾਇਆ ਇਹ ਵਾਲਾ ਮੁੱਦਾ ਤੋਂ JNU ਵਾਲਾ। ਅਤੇ ਬਿਲਕੁਲ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਜੋ ਅਸੀਂ ਉਹਨਾਂ ਦੀ ਵੀ ਗੱਲ ਕਰਦੇ ਹੈਗੇ ਅਤੇ ਉਹ ਉੱਥੇ ਸਟੂਡੈਂਟਸ ਦੇ ਪਿੱਛੇ ਪਏ ਹੋਏ ਨੇ ਅਤੇ ਪਰ ਹਾਲ ਹੀ ਦੇ ਜਦੋਂ ਉੱਥੇ ਨਗਾ ਪੋਸਟ ਜਿਹੜੇ ਬੰਦੇ ਸੀਗੇ ਉੱਥੇ ਐਂਟਰ ਹੋਏ ਸੀ ਯੂਨੀਵਰਸਿਟੀ ਦੇ ਅੰਦਰ, ਉਹਨਾਂ ਨੇ ਫੈਕਲਟੀ ਮੈਂਬਰਸ, ਟੀਚਰਸ ਅਤੇ ਸਟੂਡੈਂਟਸ ਨੂੰ ਵੀ ਮਾਰਿਆ ਕੁੱਟਿਆ ਅਤੇ ਇਸ ਉੱਤੇ ਪੁਲਿਸ ਨੇ ਕੁਛ ਨਹੀਂ ਕੀਤਾ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਇਸਕੇ ਬਾਰੇ ਮੈਂ ਤੋ ਕਿਉਂਕਿ ਜੋ ਦਿੱਲੀ ਪੁਲਿਸ ਹੈ ਉਹ ਹੋਮ ਮਿਨਿਸਟਰੀ ਕੇ ਅੰਡਰ ਹੈ ਡਾਇਰੈਕਟ, ਤੋ ABVP BJP ਕੀ ਵਿੰਗ ਹੈ, ਉਹ ਨਹੀਂ ਲੈ ਰਹੇ ਕੋਈ ਐਕਸ਼ਨ, ਪੋਲੀਟਿਕਸ ਕਰ ਰਹੇ ਹਨ ਆਪਣੀ ਸਾਫ ABVP ਵਾਲੇ। ਅਤੇ ਜੇਕਰ ਗੱਲ ਕੀਤੀ ਜਾਵੇ ਉਸ ਫੀਮੇਲ ਸਟੂਡੈਂਟ ਦੀ ਜਿਹਦੇ ਉੱਤੇ ਅਟੈਕ ਹੋਇਆ ਸੀ, ਅਟੈਕ ਵੀ ਕਹਿ ਲਓ ਕਿ ਜਿਹੜਾ ਪ੍ਰੋਟੈਸਟ ਹੋ ਰਿਹਾ ਸੀ ਉਹਦੇ ਡਿਊਰਿੰਗ ਹੀ ਜਿਹੜਾ ਮਾਰਕੁੱਟ ਹੋਈ ਹੈ ਉਸ ਸਟੂਡੈਂਟ ਦੇ ਨਾਲ, ਇਹਦੇ ਉੱਤੇ ਕੀ ਕਹਿਣਾ ਤੁਹਾਡਾ? ਕਿੰਨਾ ਕੁ ਸਹੀ ਹੈਗਾ ਕਿ ਜਿਹੜੇ ਪੁਲਿਸ ਪ੍ਰਸ਼ਾਸਨ ਹੈਗੇ ਉਹ ਸਟੂਡੈਂਟਸ ਦੇ ਨਾਲ ਹੋਣ ਦੇ ਬਜਾਏ ਉਹਨਾਂ ਦੇ ਅਗੇਂਸਟ ਜਾ ਰਹੇ ਔਰ ਉਹ ਵੀ ਇਸ ਤਰ੍ਹਾਂ ਕਿ ਫੀਮੇਲ ਸਟੂਡੈਂਟ ਨੂੰ ਮਾਰਿਆ ਗਿਆ? ਮਤਲਬ ਫੀਮੇਲ ਸਟੂਡੈਂਟ ਕੋ ਜੋ ਮਾਰਾ ਗਿਆ ਉਹ ਤਾਂ ਬਿਲਕੁਲ ਗਲਤ ਹੈ, ਕਿਉਂਕਿ ਪੋਲੀਟਿਕਸ ਹੈ ਜੋ ਪਹਿਲੇ ਹੋਤੀ ਥੀ ਉਹ ਆਈਡੀਓਲੋਜੀ ਕੀ ਪੋਲੀਟਿਕਸ ਥੀ, ਆਜ ਕੱਲ ਤੋਂ ਸਿਰਫ ਯਹੀ ਹੈ ਗੁੰਡਾਗਰਦੀ ਕੀ ਹੈ, ਜਬ ਸੇ ਯੇ ਆਏ ਹੈ, ਮਤਲਬ ਮੈਂ ਕਹੂੰਗਾ ਕਿ ਜਬ ਸੇ ਯੇ ਸਰਕਾਰ ਆਈ ਹੈ, BJP ਕੀ ਸਰਕਾਰ ਆਈ ਹੈ, ਤਬ ਸੇ ਯੇ ਸਭ ਜਗ੍ਹਾ ਆਪਣੇ ਬੰਦੇ ਬੈਠਾ ਰਹੇ ਹੈ, ਉੱਪਰ ਸੇ ਨੀਚੇ ਤੱਕ ਕੋਈ ਐਕਸ਼ਨ ਨਹੀਂ ਲੈ ਰਿਹਾ ਕੋਈ ਪੁਲਿਸ ਵਾਲਾ। ਅਤੇ ਜੇਕਰ ਹੁਣ ਇਸ ਟਾਈਮ ਕੋਈ ਏ ਲਿਸਟ ਸੈਲੀਬ੍ਰਿਟੀ ਆ ਕੇ ਉਹਨਾਂ ਨੂੰ ਸਪੋਰਟ ਕਰ ਰਿਹਾ ਅਤੇ ਉਸ ਚੀਜ਼ ਨੂੰ ਵੀ ਸਰਕਾਰ ਕੀ ਕਹਿ ਰਹੀ ਹੈ ਕਿ ਉਹਨਾਂ ਦੀ ਇੱਕ ਪ੍ਰਮੋਸ਼ਨਲ ਸਟ੍ਰੈਟਜੀ ਹੈ? ਨਹੀਂ, ਉਸਕੇ ਜੋ ਸੈਲੀਬ੍ਰਿਟੀ ਆਇਆ ਹੈ ਵਹਾਂ ਜੈਸੇ ਦੀਪਿਕਾ ਪਾਦੂਕੋਣ ਆਈ ਹੈ, ਤੋ ਉਸਕਾ ਆਪਣਾ ਪਰਸਨਲ ਵਿਊ ਹੈ, ਉਹ ਆਈ ਹੈ ਉਸਨੇ ਸਪੋਰਟ ਕੀਆ ਹੈ, ਕਿਉਂਕਿ ਜੋ ਦੂਸਰੇ ਸੈਲੀਬ੍ਰਿਟੀ ਹੈ ਗੌਰਮੈਂਟ ਵੀ ਆਰਮੀ ਕੋ ਯੂਜ ਕਰ ਰਹੀ ਹੈ ਆਪਣੀ ਪੋਲੀਟਿਕਸ ਕੇ ਲੀਏ, ਉਨਕੇ ਵੀ ਆਪਣੇ ਵਿਊ ਹੈ ਸੈਲੀਬ੍ਰਿਟੀ ਕੇ।
ਤੇ ਹੁਣ ਸਰਕਾਰ ਨੂੰ ਕੀ ਹੋ ਗਿਆ ਕਿ ਜਦੋਂ ਉਹ ਉੱਥੋਂ ਆ ਕੇ ਗਏ ਨੇ ਤੇ ਸਰਕਾਰ ਨੇ ਇੰਨੀ ਗੱਲ ਤੱਕ ਕਹਿ ਦਿੱਤੀ ਹੈਗੀ, ਸਟੇਟਮੈਂਟ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਉਹਨਾਂ ਜਿਹੜੀ ਫਿਲਮਾਂ ਨੇ ਉਹਨਾਂ ਨੂੰ ਬਾਇਕਾਟ ਕਰ ਦਿੱਤਾ ਜਾਵੇ? ਨਹੀਂ ਦੇਖੀਏ, ਇਹ ਤਾਂ ਕਾਫੀ ਟਾਈਮ ਸੇ ਹੈ ਹੀ ਜੋ ਸਰਕਾਰ ਕਹਿੰਗੇ ਜਾਏਗਾ ਉਸਕੇ ਉੱਪਰ ਤਾਂ ਉਹ ਕਰੇਂਗੇ, ਇਹ ਸਭ ਬਾਇਕਾਟ ਕੀਜੀਏ, ਯੇ ਕੀਜੀਏ, ਮਤ ਦੇਖੀਏ, ਉਹ ਤਾਂ ਕਰੇਂਗੇ। ਪੁਰਾਣੇ ਟਾਈਮ ਮੇਂ ਵੀ ਹੋਤਾ ਥਾ, ਅਬ ਵੀ ਹੋਤਾ ਥਾ, ਲੇਕਿਨ ਬਾਤ ਯੇ ਹੈ ਕਿ ਅਬ ਜਨਤਾ ਕਿਤਨੀ ਜਾਗਰੂਕ ਹੈ ਵੋ ਜ਼ਿਆਦਾ ਮੈਟਰ ਕਰਤਾ ਹੈ ਕਿ ਜਨਤਾ ਕਿਸ ਵੇ ਮੇਂ ਦੇਖ ਰਹੀ ਹੈ ਸਭੀ ਕੋ, ਮਤਲਬ ਜਨਤਾ ਕੋ ਪਤਾ ਹੈ ਕਿਆ ਅੱਛਾ ਹੈ ਕਿਆ ਬੁਰਾ ਹੈ, ਵੋ ਜ਼ਿਆਦਾ ਮੈਟਰ ਕਰਤਾ ਹੈ। ਸਰਕਾਰ ਤੋਂ ਜਾਏਗੀ ਉਨਕੇ ਖਿਲਾਫ਼, ਸਰਕਾਰ ਤੋਂ ਸਟੂਡੈਂਟ ਕੇ ਖਿਲਾਫ਼ ਵੀ ਹੈ। ਅਤੇ ਦੇਖਿਆ ਇਹ ਵੀ ਜਾਂਦਾ ਕਿ ਅਕਸਰ ਜਿਹੜੇ ਆਮ ਲੋਕ ਹੁੰਦੇ ਨੇ ਉਹ ਪ੍ਰੋਟੈਸਟ ਕਰਦੇ ਨੇ, ਸਟ੍ਰਾਈਕਸ ਕਰਦੇ ਨੇ, ਉਹਨਾਂ ਦੀ ਗੱਲਾਂ ਕਿਤੇ ਨਾ ਕਿਤੇ ਸੁਣੀ ਜਾਂਦੀ ਆ, ਕਿਤੇ ਨਾ ਕਿਤੇ ਨਹੀਂ ਸੁਣੀ ਜਾਂਦੀ। ਅਤੇ ਜੇ ਹੁਣ ਅੱਜ ਏ ਲਿਸਟ ਸੈਲੀਬ੍ਰਿਟੀ ਕੋਈ ਆ ਕੇ ਉਹਨੂੰ ਸਪੋਰਟ ਕਰ ਰਿਹਾ ਹੈਗਾ ਤਾਂ ਇਹਨੂੰ ਇੱਕ ਗਲਤ ਮੋੜ ਦੇ ਦਿੱਤਾ ਜਾ ਰਿਹਾ। ਇਹ ਗਲਤ ਹੈ ਕਿਉਂਕਿ ਇਹਨੇ ਲੱਗਤਾ ਹੈ ਕਿ ਸਭ ਕੁਛ ਇਹਨੇ ਕੇ ਹਿਸਾਬ ਸੇ ਚੱਲਣਾ ਚਾਹੀਏ ਜੋ ਲੋਕ ਅਭੀ ਬੈਠੇ ਹੈ ਸਰਕਾਰ ਮੇਂ, ਉਹ ਵੈਸੇ ਤੋਂ ਬੋਲ ਰਹੇ ਕਿ ਡੈਮੋਕ੍ਰੇਸੀ ਹੈ, ਸਭਕੇ ਆਪਣੇ ਆਪਣੇ ਵਿਊ ਹੈ, ਲੇਕਿਨ ਉਹ ਖੁਸ਼ ਨਹੀਂ ਹੈ ਅਗਰ ਕੋਈ ਆਪਣੇ ਦਿਖਾ ਰਿਹਾ ਆਪਣੇ ਮੈਂ ਕਿਸ ਆਈਡੀਓਲੋਜੀ ਕੇ ਸਾਥ ਹੂੰ, ਮੈਂ ਤੁਹਾਰੇ ਖਿਲਾਫ਼ ਹੂੰ ਜਾਂ ਨਹੀਂ ਹੂੰ, ਸਰਕਾਰ ਕੋ ਇਹ ਬਾਤੇਂ ਹੈ ਨਹੀਂ ਪਸੰਦ। ਹੁਣ ਸਮਾਂ ਹੋ ਚਲਾ ਇੱਕ ਛੋਟੇ ਜਿਹੇ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਕੰਟੀਨਿਊ ਕਰਾਂਗੇ ਇਸ ਸਾਡਾ ਇਹ ਸ਼ੋਅ ਯੂਥ ਪਾਵਰ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਜੀ। ਸ਼ੋਅ ਚੱਲ ਰਿਹਾ ਯੂਥ ਪਾਵਰ ਅਤੇ ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। JNU ਦਾ ਫੀ ਹਾਈਕ ਦਾ ਮੁੱਦਾ ਹੁਣ ਬੇਹੱਦ ਹੀ ਵੱਡਾ ਬਣ ਚੁੱਕਿਆ ਹੈ, ਇਸ ਉੱਤੇ ਕੀ ਕਹਿਣਾ ਤੁਹਾਡਾ? ਦੇਖੋ JNU ਜਿੱਦਾਂ ਇੱਥੇ ਫੀਸ ਨੂੰ ਘਟਾਉਣ ਨੂੰ ਲੈ ਕੇ, ਫੀਸ ਦੇ ਵਾਧੇ ਨੂੰ ਲੈ ਕੇ ਕੁਛ ਤਰ੍ਹਾਂ ਫੀਸ ਦੇ ਵਾਧੇ ਦੇ ਹੱਕ 'ਚ ਸੀਗੀਆਂ, ਕੁਛ ਤਰ੍ਹਾਂ ਫੀਸ ਨੂੰ ਘਟਾਉਣ ਦੇ, ਇਹ ਇੱਕ ਜਿਹੜਾ ਦੋ ਇੱਕ ਕਿਸਮ ਦੀਆਂ ਜਿਹੜੀਆਂ ਸੋਚਾਂ ਨੇ, ਇੱਕ ਖਾਸ ਕਿਸਮ ਦੀਆਂ ਸੋਚਾਂ ਨੇ, ਚਾਹੇ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਹੋਣ, ਚਾਹੇ ਉਹ ਸਰਕਾਰ ਦੇ ਹੱਕ ਦੇ ਵਿੱਚ ਹੋਣ, ਉਹਨਾਂ ਨੇ ਫੀਸ ਹਾਈਕ ਵਾਧੇ ਨੂੰ ਲੈ ਕੇ, ਜਿਹੜੀ ਉਹਨਾਂ ਦੀ ਰਜਿਸਟ੍ਰੇਸ਼ਨ ਫੀਸ ਸੀ ਇਸ ਸਮੈਸਟਰ ਤੋਂ ਉਹਨਾਂ ਦੀ ਫੀਸ ਵੱਧ ਰਹੀ ਸੀ, ਇੱਕ ਪਾਰਟੀ ਜਿਹਦੇ ਵਿੱਚ ਕੌਂਸਲ ਦੀ ਜਿੱਤੀ ਹੋਈ ਪ੍ਰਧਾਨ ਵੀ ਉਹਦੇ ਵਿੱਚ ਮੌਜੂਦ ਸੀਗੀ, ਉਹਨੇ ਉੱਥੇ ਸਰਵਰ ਜਿਹੜਾ ਰੂਮ ਹੈ ਉਹਨਾਂ ਨੇ ਇੱਕ ਧਿਰ ਨੇ ਸਰਵਰ ਰੂਮ ਨੂੰ ਅਤੇ ਉਹਨਾਂ ਦੇ ਵਾਈਫਾਈ ਦੀਆਂ ਤਾਰਾਂ ਕੱਟਤੀਆਂ ਜਿੱਥੋਂ ਇਹ ਮੁੱਦਾ ਜ਼ਿਆਦਾ ਭਕਿਆ ਸੀਗਾ, ਉਹਨਾਂ 'ਤੇ ਉੱਥੋਂ ਦੇ ਪ੍ਰਸ਼ਾਸਨ ਨੇ ਕੇਸ ਦਰਜ ਕੀਤੇ ਇਹ ਤੋੜ ਭੰਨ ਨੂੰ ਲੈ ਕੇ। ਉਸ ਤੋਂ ਬਾਅਦ ਇੱਕ ਸਰਕਾਰੀ ਹਮਾਇਤ, ਜਿਹੜੀ ਲੋਕ ਸਮਝਦੇ ਆ ਕਿ ਉਹਨੂੰ ਸਰਕਾਰੀ ਹਮਾਇਤ ਮਿਲਦੀ ਆ, ਉਹ ਜਥੇਬੰਦੀ ਨੇ, ਸਰਕਾਰ ਦੀ ਕਹਾਉਣ ਵਾਲੀ ਜਥੇਬੰਦੀ ਨੇ, ਸਰਕਾਰ ਦੀ ਚਹੇਤੀ ਜਿਹੜੀ ਜਥੇਬੰਦੀ ਆ, ਉਹਨਾਂ ਨੇ ਉੱਥੇ ਹੋਸਟਲ ਦੇ ਵਿੱਚ, ਗਰਲਜ਼ ਹੋਸਟਲ ਦੇ ਵਿੱਚ ਸਪੈਸ਼ਲੀ ਐਂਟਰ ਕਰਕੇ ਜਿਹੜੇ ਖਤਰਨਾਕ ਹਥਿਆਰਾਂ ਦੇ ਨਾਲ ਲੈਸ ਹੋ ਕੇ ਉੱਥੋਂ ਦੇ ਜਿਹੜੇ ਸਟੂਡੈਂਟ ਜਿਹਦੇ ਵਿੱਚ ਉੱਥੋਂ ਦੀ ਕੌਂਸਲ ਦੀ ਜਿਹੜੀ ਪ੍ਰਧਾਨ ਆ ਉਹ ਵੀ ਸ਼ਾਮਲ ਸੀਗੀ, ਉਹਨਾਂ ਦੇ ਉੱਤੇ ਹਮਲਾ ਆ ਕੇ ਕਰਤਾ, ਜਿਹਦੇ ਵਿੱਚ ਕਿ ਉੱਥੋਂ ਦੇ ਪ੍ਰੋਫੈਸਰਸ, ਉੱਥੋਂ ਦਾ ਜਿਹੜਾ ਗਾਰਡਸ ਵਗੈਰਾ, ਜਿਹੜੇ ਉੱਥੋਂ ਦੇ ਨੋਨ ਟੀਚਿੰਗ ਜਿਹੜੇ ਨੁਮਾਇੰਦੇ ਸੀਗੇ, ਉਹਨਾਂ 'ਤੇ ਜਿੰਨੇ ਵੀ ਉੱਥੇ ਚਾਹੇ ਵਿਦਿਆਰਥੀ ਹੋਣ, ਉਹਨਾਂ 'ਤੇ ਉਹਨਾਂ ਨੇ ਹਮਲਾ ਕਰਤਾ। ਬਿਲਕੁਲ ਬਿਲਕੁਲ, ਉਹਨਾਂ ਨੇ ਅਟੈਕ ਕਰ ਦਿੱਤਾ। ਮੈਂ ਅਗਲਾ ਕੁਐਸਚਨ ਇਸ 'ਤੇ ਹੀ ਆਉਣ ਵਾਲੀ ਸੀਗੀ ਕਿ ਪੁਲਿਸ ਪ੍ਰਸ਼ਾਸਨ ਉੱਥੇ ਆਖਿਰ ਕਰ ਕੀ ਰਿਹਾ ਹੈਗਾ ਆ? ਜਦੋਂ ਉੱਥੇ ਨਕਾਬਪੋਸ਼ ਆਏ, ਉਹਨਾਂ ਨੇ ਫੈਕਲਟੀ ਮੈਂਬਰਸ ਦੇ ਉੱਤੇ, ਟੀਚਰਸ ਦੇ ਉੱਤੇ ਅਤੇ ਸਟੂਡੈਂਟਸ ਦੇ ਉੱਤੇ ਵੀ ਹਮਲਾ ਕੀਤਾ, ਅਤੇ ਪੁਲਿਸ ਪ੍ਰਸ਼ਾਸਨ ਕੀ ਹੈ ਉਹ ਹਾਲੇ ਵੀ ਸਟੂਡੈਂਟਸ ਦੇ ਪਿੱਛੇ ਪਏ ਹੋਏ ਨੇ, ਅਤੇ ਬਜਾਏ ਕਿ ਇਸ ਚੀਜ਼ ਨੂੰ ਫਾਈਂਡ ਆਊਟ ਕਰਨ ਦੇ ਕਿ ਆਖਿਰ ਉਹ ਸੀਗੇ ਕੌਣ। ਜਦੋਂ ਇਹ ਪਿੱਛੇ ਜੇ
ਉੱਥੋਂ ਦੀ ਹੋਰ ਇੱਕ ਯੂਨੀਵਰਸਿਟੀ ਦੀ ਘਟਨਾ ਹੋਈ ਸੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਘਟਨਾ ਹੋਈ ਜਾਂ ਹੋਰ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਉੱਥੇ ਇਹ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਇੱਕ ਖਾਸ ਜਥੇਬੰਦੀ ਦੇ ਨਾਲ ਜਿਹੜੇ ਨੁਮਾਇੰਦੇ ਆ ਉਹ ਜਾਂ ਇੱਕ ਖਾਸ ਸੋਚ ਦੇ ਜਿਹੜੇ ਰੱਖਣ ਵਾਲੇ ਲੋਕ ਨੇ ਉਹ ਜਿਹੜੇ ਆਪਣੇ ਏਜੰਡੇ ਨੂੰ ਥੋਪਣ ਵਾਸਤੇ ਲੋਕਾਂ ਦੇ ਉਹ ਉਹਨਾਂ ਨੇ ਪੁਲਿਸ ਦੀਆਂ ਵਰਦੀਆਂ ਪਾ ਕੇ ਇੱਦਾਂ ਦੀ ਬਿਨਾਂ ਨੰਬਰ ਪਲੇਟ ਉਹ ਉਹਨਾਂ ਦੀ ਵੀਡੀਓਜ਼ ਜਿਹੜੀਆਂ ਲੀਕ ਹੋਈਆਂ ਸੀਗੀਆਂ। ਇੱਦਾਂ ਹੀ ਇੱਥੇ ਵੀ ਮੰਨਿਆ ਜਾ ਰਿਹਾ ਕਿ ਜਿਹੜੇ ਇਹ ਪ੍ਰਸ਼ਾਸਨ ਦੀ ਇਹ ਦਿੱਲੀ ਜਿਹੜੀ ਹੋਮ ਮਿਨਿਸਟਰੀ ਆ, ਦਿੱਲੀ ਪੁਲਿਸ ਦੀ ਕੇਂਦਰ ਦੀ ਜਿਹੜੀ ਆ ਸਾਡੀ ਹੋਮ ਮਿਨਿਸਟਰੀ ਆ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇੱਦਾਂ ਦੇ ਜਿਹੜੇ ਉੱਥੋਂ ਦੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਸਾਹਮਣੇ ਆ ਰਹੀਆਂ ਨੇ, ਇਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ। ਅਸੀਂ ਵੀਡੀਓਜ਼ ਦੇ ਵਿੱਚ ਆਮ ਦੇਖ ਸਕਦੇ ਹਾਂ ਕਿ ਇੱਕ ਜਿਹੜੇ ਸਿਕਿਉਰਿਟੀ ਗਾਰਡ ਜੇ ਰਿਸੈਪਸ਼ਨਿਸਟ ਨੇ ਜਿਹੜੇ ਹੋਸਟਲ ਦੇ ਉਹ ਹੱਥਾਂ 'ਚ ਹੱਥ ਪਾ ਕੇ ਖੜ੍ਹੇ ਹੋਏ ਉਹਨਾਂ ਵੱਲ ਦੇਖ ਦੇਖ ਕੇ ਹੱਸ ਰਹੇ ਨੇ ਬਜਾਏ ਕਿ ਕਿਸੇ ਨੂੰ ਕਾਲ ਕਰਨ ਦੇ। ਇੱਕ ਬੇਹੱਦ ਜਿਹੜੇ ਸੈਂਸਿਟਿਵ ਏਰੀਆ ਦੇ ਵਿੱਚ, ਬੇਹੱਦ ਜਿਹੜਾ ਖਾਸ ਕਿਸਮ ਦਾ ਦਿੱਲੀ ਜਿੱਥੇ ਸਾਡੇ ਸਾਰੇ ਵਜ਼ੀਰ ਰਹਿੰਦੇ ਨੇ, ਸਾਰੀ ਸਰਕਾਰ ਨੂੰ ਚਲਾਉਣ ਵਾਲੇ ਸੰਸਦ ਭਵਨ ਵੀ ਉੱਥੇ ਨੇੜੇ ਹੀ ਮੌਜੂਦ ਆ, ਇਹਨਾਂ ਨੇ ਜਾ ਕੇ ਉਸ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਕੇ ਉੱਥੋਂ ਦੀ ਪ੍ਰਸ਼ਾਸਨ ਦੀ ਮਿਲੀ ਭੁਗਤ ਤੋਂ ਬਿਨਾਂ ਇਹਨਾਂ ਦੀ ਐਂਟਰੀ ਨਹੀਂ ਹੋ ਸਕਦੀ। ਬਿਲਕੁਲ, ਇਹ ਗੱਲ ਤੁਹਾਡੀ ਬਿਲਕੁਲ ਹੀ ਸਹੀ ਚੀਜ਼ ਹੈ ਕਿ ਮਤਲਬ ਕਿਤੇ ਨਾ ਕਿਤੇ ਹੋ ਸਕਦਾ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਹੈਗੀ ਉਹ ਵੀ ਉਹਨਾਂ ਦੇ ਨਾਲ ਹੀ ਹੋਣ, ਕਿਉਂਕਿ ਪੁਲਿਸ ਤੋਂ ਬਿਨਾਂ ਉੱਥੇ ਕੁਛ ਹੋ ਨਹੀਂ ਸਕਦਾ ਸੀਗਾ, ਕਿਉਂਕਿ ਇਸ 'ਤੇ ਇੰਨੀਆਂ ਕੁ ਚੀਜ਼ਾਂ ਤਾਂ ਮੈਂ ਮੰਨਦੀ ਹਾਂ ਕਿ ਪੁਲਿਸ ਦੇ ਅੰਡਰ ਹੈਗੀਆਂ ਨੇ। ਬਿਲਕੁਲ, ਇਹ ਪੁਲਿਸ ਦੇ ਅੰਡਰ ਹੈਗੀਆਂ ਨੇ। ਉੱਥੋਂ ਦੀ ਜਿਹੜਾ ਵਾਈਸ ਚਾਂਸਲਰ ਹੈ ਉਹਦੀ ਇਹ ਨਿੱਜੀ ਜ਼ਿੰਮੇਵਾਰੀ, ਨੈਤਿਕ ਤੌਰ 'ਤੇ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਆਪਣੇ ਅਹੁਦੇ ਤੋਂ। ਉੱਥੋਂ ਦੇ ਜਿਹੜੇ DGP ਆ ਉਹਨੂੰ, ਹੋਮ ਸੈਕਰੇਟਰੀ ਨੂੰ ਰਿਜ਼ਾਈਨ ਕਰਨਾ ਚਾਹੀਦਾ, ਜਿਹੜੇ ਪ੍ਰਿੰਸੀਪਲ ਸੈਕਰੇਟਰੀ ਆ ਦਿੱਲੀ ਦੇ ਹੋਮ ਦਾ ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਕਿ ਉਹਨਾਂ 'ਤੇ ਹੁੰਦਿਆਂ ਹੋਇਆਂ ਇੱਦਾਂ ਦੀਆਂ ਜਿਹੜੀਆਂ ਬੇਹੱਦ ਸ਼ਰਮਸਾਰ ਕਰਨ ਵਾਲੀਆਂ, ਸਾਡੇ ਹਿੰਦੁਸਤਾਨ ਨੂੰ ਵਿਸ਼ਵ ਪੱਧਰ 'ਤੇ ਜਿਹੜੀਆਂ ਸ਼ਰਮਸਾਰ ਕਰਦੀਆਂ ਘਟਨਾਵਾਂ ਆ ਉਹ ਉੱਥੇ ਅੰਜਾਮ ਦਿੱਤਾ ਜਾ ਰਿਹਾ। ਬਿਲਕੁਲ, ਅਤੇ ਨਾਲ ਦੀ ਨਾਲ ਹੁਣ ਜਿਹੜਾ ਇਹ ਸੋਸ਼ਲ ਮੁੱਦਾ ਇੰਨਾ ਜ਼ਿਆਦਾ ਰੇਜ਼ ਹੋ ਚੁੱਕਿਆ, ਹਾਈ ਹੋ ਚੁੱਕਿਆ, ਇੱਥੇ ਸੈਲੀਬ੍ਰਿਟੀਜ਼ ਦੀ ਅਸੀਂ ਗੱਲ ਕਰੀਏ, ਏ ਲਿਸਟ ਜਿਹੜੇ ਸੈਲੀਬ੍ਰਿਟੀਜ਼ ਨੇ ਉਹ ਵੀ ਉੱਥੇ ਆਏ ਨੇ, ਜੁੜੇ ਨੇ, ਉਹਨਾਂ ਨੂੰ ਸਪੋਰਟ ਕਰ ਰਹੇ ਨੇ ਸਟੂਡੈਂਟਸ ਨੂੰ, ਅਤੇ ਇਸ ਚੀਜ਼ ਨੂੰ ਵੀ ਕੀ ਹੈ ਕਿ ਇੱਕ ਕੋਂਸਪੀਰੇਸੀ ਦਾ ਨਾਮ ਦਿੱਤਾ ਜਾ ਰਿਹਾ ਜਾਂ ਫਿਰ ਕਿਹਾ ਜਾ ਰਿਹਾ ਕਿ ਉੱਥੇ ਸਿਰਫ ਔਰ ਸਿਰਫ ਆਪਣੇ ਮਤਲਬ ਜਿਹੜੀ ਮੂਵੀ ਆ ਪ੍ਰਮੋਸ਼ਨ ਉਹਨੂੰ ਲੈ ਕੇ ਆਏ ਸੀਗੇ। ਇਹ ਤਾਂ ਜਿਹੜੇ ਸੈਲੀਬ੍ਰਿਟੀਜ਼ ਦਾ ਉੱਥੇ ਆਉਣਾ ਉਹ ਸਭ ਤੋਂ ਵੱਧ ਬਿਹਤਰ ਉਹੀ ਜਾਣਦੇ ਨੇ ਕਿ ਉਹਨਾਂ ਦਾ ਕੀ ਮੋਟਿਵ ਹੋ ਸਕਦਾ, ਪਰ ਇਹ ਜਿਹੜੇ ਸਾਡਾ ਜਿਹੜਾ ਸਮਾਜ ਹੈ ਇਹ ਵੱਖ ਵੱਖ ਭਾਗਾਂ ਦੇ ਵਿੱਚ ਵੰਡਿਆ ਹੋਇਆ, ਹਰੇਕ ਦੀ ਸੋਚ ਅਲੱਗ ਅਲੱਗ ਆ। ਬੇਸ਼ੱਕ ਸਾਡਾ ਦੇਸ਼ ਜਿਹੜਾ ਆ ਬਹੁਪੱਖੀ ਦੇਸ਼ ਆ, ਇੱਥੇ ਧਰਮ ਨਿਰਪੱਖਤਾ ਹੈ, ਵੱਖ ਵੱਖ ਧਰਮ ਨੇ, ਵੱਖ ਵੱਖ ਸਮਾਜ ਨੇ, ਲੋਕ ਨੇ, ਪਰ ਕਿਤੇ ਕਿਸੇ ਹੱਦ 'ਤੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਦਾਂ ਦੀਆਂ ਜਦੋਂ ਘਟਨਾਵਾਂ ਹੁੰਦੀਆਂ, ਕੁਛ ਕੁ ਲੋਕ ਜਿਹੜੇ ਆ ਉਹ ਕਿਸੇ ਦੀ ਹਮਾਇਤ ਵਿੱਚ ਆ ਜਾਂਦੇ ਨੇ, ਕੁਛ ਕੁ ਲੋਕ ਕਿਸੇ ਦੇ ਵਿਰੋਧ ਵਿੱਚ ਆ ਜਾਂਦੇ ਨੇ। ਇੱਥੇ ਇੱਕ ਬਾਲੀਵੁੱਡ ਐਕਟਰੈਸ ਉਹਦੇ ਹੱਕ ਵਿੱਚ ਗਈ ਸੀ ਜਾਂ ਉਹਨੂੰ ਹਮਾਇਤ ਕਰਨ ਗਈ ਸੀ, ਇਸ ਦੇ ਬਾਰੇ ਉਹ ਬਿਹਤਰ ਦੱਸ ਸਕਦੀ ਆ, ਪਰ ਉਹਦੇ ਖਿਲਾਫ ਵੀ ਇੱਕ ਐਕਟਰੈਸ ਦੀ ਜਿਹੜੀ ਲੇਟੈਸਟ ਟਵੀਟ ਆਇਆ ਉਹਨੇ ਮੋਦੀ ਜੀ ਦੀ ਜਿਹੜੀ ਆ ਸਾਡੇ ਪ੍ਰਧਾਨ ਮੰਤਰੀ ਦੀ ਇਹ ਸਹਾਰਨਾ ਕੀਤੀ ਹੈ ਕਿ ਉਹ ਸਭ ਕੁਛ ਹਿੰਦੁਸਤਾਨ ਦੇ ਵਿੱਚ ਠੀਕ ਕਰ ਰਹੇ ਨੇ। ਸੋ ਇਹ ਉਹ ਵੱਧ ਤੋਂ ਵੱਧ ਬਿਹਤਰ ਆਪਣੇ ਬਾਰੇ ਇਹੀ ਦੱਸ ਸਕਦੇ ਨੇ ਕਿ ਉਹਨਾਂ ਦਾ ਕੀ ਮੋਟਿਵ ਹੈ। ਅਤੇ ਜੇ ਦੇਖਿਆ ਜਾਵੇ ਤਾਂ ਉਹਨਾਂ ਦਾ ਪੋਲੀਟੀਕਲੀ ਵੀ ਕੋਈ ਮੋਟਿਵ ਹੋ ਸਕਦਾ ਕਿ ਸਾਡੇ ਬਹੁਤ ਸਾਰੇ ਜਿਹੜੇ ਐਕਟਰ ਐਕਟਰੈਸ ਨੇ ਉਹ ਬਾਲੀਵੁੱਡ ਤੋਂ ਚਾਹੇ ਉਹ ਜਾਂਦੇ ਨੇ, ਉਹ ਨੋਮੀਨੇਟ ਹੁੰਦੇ ਨੇ, ਉਹਨਾਂ ਨੂੰ ਸਰਕਾਰਾਂ ਨੋਮੀਨੇਟ ਕਰਦੀਆਂ ਆ ਬਿਨਾਂ ਕਿਸੇ ਉਹਨਾਂ ਦੇ ਕੰਟਰੀਬਿਊਸ਼ਨ ਤੋਂ। ਅਤੇ ਬਿਲਕੁਲ, ਨਾਲੇ ਇੱਕ ਚੀਜ਼ ਇਹ ਵੀ ਹੈਗੀ ਹੈ ਕਿ ਸੈਲੀਬ੍ਰਿਟੀਜ਼ ਜੇਕਰ ਹੁਣ ਨਾਲ ਖੜ ਰਹੇ ਨੇ ਸਟੂਡੈਂਟਸ ਦੇ, ਉਹਨਾਂ ਨੂੰ ਸਪੋਰਟ ਕਰ ਰਹੇ ਨੇ, ਤਾਂ ਵੀ ਗੱਲਾਂ ਉੱਠ ਰਹੀਆਂ ਨੇ ਕਿ ਕਿਉਂ ਸਪੋਰਟ ਕਰ ਰਹੇ ਨੇ। ਤਾਂ ਹੁਣ ਜੇ ਅਸੀਂ ਗੱਲ ਕਰੀਏ ਉਹਨਾਂ ਦੀ, ਜਿਹੜੀ ਕਿ ਸੈਲੀਬ੍ਰਿਟੀਜ਼ ਹੋਣ ਦੇ ਬਾਵਜੂਦ ਵੀ ਸਪੋਰਟ ਨਹੀਂ ਕਰਦੇ,
ਸਟੂਡੈਂਟਸ ਨੂੰ, ਉਹ ਕਿਉਂ ਨਹੀਂ ਸਪੋਰਟ ਕਰਦੇ ਫਿਰ? ਇਹ ਉਹਨਾਂ ਦੀ ਆਪਣਾ ਹਰੇਕ ਇਨਸਾਨ ਦਾ ਆਪਣੀ ਨਿੱਜਤਾ ਹੁੰਦੀ ਹੈ, ਹਰੇਕ ਇਨਸਾਨ ਦੇ ਆਪਣੇ ਨਿੱਜੀ ਮਿਸਾਇਲ ਹੁੰਦੇ ਨੇ ਕਿ ਉਹ ਕਿੱਥੇ ਸਟੈਂਡ ਕਰਦੇ ਨੇ। ਕੁਛ ਕੁ ਲੋਕ ਚੁੱਪ ਕਰਕੇ ਹੱਥਾਂ 'ਤੇ ਹੱਥ ਧਰ ਕੇ ਬੈਠੇ ਰਹਿੰਦੇ ਨੇ, ਕੁਛ ਲੋਕ ਮੂਹਰੇ ਆ ਕੇ ਹਿੰਦੁਸਤਾਨ ਜਿਹੜਾ ਇੱਕ ਕੁਰਬਾਨੀਆਂ ਵਾਲਾ ਦੇਸ਼ ਹੈ, ਕੁਛ ਲੋਕ ਮੂਹਰੇ ਆ ਕੇ ਕੁਰਬਾਨੀਆਂ ਵੀ ਕਰਦੇ ਨੇ, ਕੁਛ ਕੁਰਬਾਨੀ ਕਰਨ ਵਾਲਿਆਂ ਦੀ ਹਮਾਇਤ ਵੀ ਕਰਦੇ ਨੇ। ਸੋ ਇਹ ਸਾਡੇ ਦੇਸ਼ ਦੇ ਵਿੱਚ ਵੱਖਰਤਾ ਪਾਈ ਜਾਂਦੀ ਹੈ। JNU ਦੀ ਫੀ ਹਾਈਕ ਦਾ ਮੁੱਦਾ ਅੱਜ ਨੈਸ਼ਨਲ ਮੁੱਦਾ ਬਣ ਚੁੱਕਿਆ ਹੈਗਾ, ਹੈ ਕਾਫੀ ਵੱਡਾ ਮੁੱਦਾ ਬਣ ਚੁੱਕਿਆ, ਇਸ ਬਾਰੇ ਕੀ ਕਹਿਣਾ ਤੁਹਾਡਾ? ਦੇਖੀਏ, ਮੈਂ ਵੀ JNU ਸੇ ਹੀ ਹੂੰ ਔਰ ਮੈਂ JNU ਸੇ ਮਾਸਟਰਸ ਕੀਆ ਔਰ ਮੈਂ ਇਸੀ ਸਾਲ ਇਹ PU ਮੇ ਜੁਆਇਨ ਕੀਆ ਹੈ। ਤੋ ਯੇ ਦੇਖੀ ਆਜ ਕਾ ਮੁੱਦਾ ਨਹੀਂ ਹੈ, ਇਹ ਜਬ 2016 ਸੇ ਜਬ ਕਨ੍ਹੱਈਆ ਕੁਮਾਰ ਵਾਲਾ ਇੰਸੀਡੈਂਟ ਹੁਆ ਥਾ, ਤਭੀ ਸੇ ਹੀ JNU ਕੋ ਪੂਰਾ ਟਾਰਗੇਸ਼ਨ ਪੇ ਲਿਆ ਗਿਆ ਹੈ, ਕਿਉਂਕਿ ਇਹ ਸਰਕਾਰ ਇਹ ਨਹੀਂ ਚਾਹਤੀ ਕਿ ਜੋ ਐਸੇ ਸਬਸਿਡਾਈਜ਼ ਯੂਨੀਵਰਸਿਟੀਜ਼ ਹੈ, ਜੋ ਐਸੀ ਯੂਨੀਵਰਸਿਟੀ ਜੋ ਇਨਕਲੂਸਿਵ ਯੂਨੀਵਰਸਿਟੀਜ਼ ਹੈ ਉਨਕੋ ਪ੍ਰਮੋਟ ਕੀਆ ਜਾਏ, ਬਲਕਿ ਇਹ ਚਾਹਤੀ ਹੈ ਸਰਕਾਰ ਕਿ ਉਨਕੋ ਡਿਸਟਰੋਏ ਕੀਆ ਜਾਏ। ਆਪਕੋ ਯਾਦ ਹੋਗਾ ਕਿ ਹਮਾਰੇ ਜੋ ਇਸ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੈ, ਉਨ੍ਹੋਂਨੇ ਕਿਹਾ ਥਾ ਕਿ ਵੋ JNU ਕੋ ਬਰਬਾਦ ਕਰਕੇ ਰਹੇਂਗੇ। ਤੋ ਯਹੀ ਇੱਕ ਇਹ ਜੋ ਸੀਕੁਐਂਸ ਹੈ ਪੂਰਾ, ਜੋ ਕ੍ਰੋਨੋਲੋਜੀ ਹੈ, ਜੋ ਉਨਕਾ ਹੀ ਟਰਮ ਹੈ, ਤੋ ਇੱਕ ਕ੍ਰੋਨਿਕਲ ਪੂਰਾ ਇੰਸੀਡੈਂਟ ਹੈ ਜੋ ਆਪ 2016 ਸੇ ਲੇਕਰ JNU ਮੇਂ ਲਗਾਤਾਰ ਦੇਖ ਰਹੇ ਹੈ। ਔਰ ਜੋ ਫੀ ਹਾਈਕ ਕਾ ਮੁੱਦਾ ਹੈ, ਜੋ ਵਹਾਂ ਕੇ ਵਾਈਸ ਚਾਂਸਲਰ ਹੈ ਮਾਮੀਡਾਲਾ ਜਗਦੀਸ਼ ਕੁਮਾਰ, ਉਹਨੇ ਕਈ ਐਸੇ ਉਸ ਪਹਿਲੇ ਮੁੱਦੇ, GS ਕੈਸ਼ ਕਾ ਮੁੱਦਾ ਹੋ ਜਾਂ ਤਮਾਮ ਐਸੇ ਮੁੱਦੇ ਹੋ, ਜਿਨ ਪਰ ਉਹਨੇ ਹਮੇਸ਼ਾ ਸੇ ਹੀ ਇੱਕ ਕਿਓਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀ ਹੈ। ਔਰ ਜਬ ਇਹ ਫੀ ਹਾਈਕ ਬੜਾਇਆ ਗਿਆ ਤੋ ਇਸ ਕੀ ਕੋਈ ਜ਼ਰੂਰਤ ਨਹੀਂ ਥੀ, ਕਿਉਂਕਿ ਵਹਾਂ ਪਰ ਜੋ ਸਬਸਿਡਾਈਜ਼ ਯੂਨੀਵਰਸਿਟੀ ਹੈ ਉਸਮੇ ਆਪ ਕਰੋੜੋ ਰੁਪਏ ਖਰਚ ਕਰਕੇ ਵਿਵੇਕਾਨੰਦ ਕਾ ਸਟੈਚੂ ਬਣਵਾ ਸਕਤੇ ਹੋ, ਲੇਕਿਨ ਬੱਚੋਂ ਕੀ ਫੀ ਹਾਈਕ ਕਰਨੇ ਕੇ ਲੀਏ ਆਪ ਬੋਲ ਰਹੇ ਹੋ ਕਿ 10 ਕਰੋੜ ਰੁਪਏ ਕਾ ਹਮਾਰੇ ਪਾਸ ਮੇਂ ਫੰਡ ਐਡੀਸ਼ਨਲ ਖਰਚ ਕਰਨਾ ਪੜੇਗਾ, UGC ਨੇ ਗ੍ਰਾਂਟ ਕੱਟ ਕਰ ਦੀ ਹੈ। ਤੋ ਕਿਆ ਆਪ ਜੋ ਪੈਸਾ ਜੋ ਆਪ ਵੈਲਫੇਅਰ ਕਾ ਪੈਸਾ ਆਤਾ ਹੈ ਵੋ ਆਪ ਸਟੂਡੈਂਟ ਕੇ ਵੈਲਫੇਅਰ ਕੇ ਲੀਏ ਨਹੀਂ ਲਗਾ ਸਕਤੇ? ਜੋ ਫੀ ਹਾਈਕ ਕਾ ਮੁੱਦਾ ਥਾ ਇਹਨੇ ਜੋ 75% ਕੱਟ ਕੀਆ ਜਬ ਮੈਸਿਵ ਪ੍ਰੋਟੈਸਟ ਹੁਆ JNU ਮੇਂ, ਲੇਕਿਨ ਉਸਕੇ ਬਾਅਦ ਵੀ ਜਬ 25% ਜੋ ਫੀਸ ਥੀ ਵੋ ਵੀ ਕਿਉਂ ਨਾ ਕਮ ਕੀ ਜਾਏ, ਵੋ ਵੀ ਕਿਉਂ ਨਾ ਵਹਾਂ ਪੇ ਰੋਲ ਬੈਕ ਕੀ ਜਾਏ? ਇਸਕੇ ਲੀਏ ਜੋ ਸਟੂਡੈਂਟ ਵਹਾਂ ਪੇ ਪ੍ਰੋਪਰ ਲੋਕਡਾਊਨ ਕਰ ਰਹੇ ਥੇ, ਲੋਕ 3 ਮਹੀਨੇ ਸੇ ਵਹਾਂ ਪੇ ਲੋਕਡਾਊਨ ਪੇ ਬੈਠੇ ਹੈ, SSS SIS ਪੂਰਾ SL ਕੇ ਸਾਰੇ ਸੈਂਟਰਸ ਹੈ ਉਨਕੋ ਲੋਕਡਾਊਨ ਕਰਕੇ ਬੈਠੇ ਹੈ ਸਟੂਡੈਂਟ। ਤੋ ਇਸ ਪ੍ਰਸ਼ਾਸਨ ਨੇ, ਇਸ JNU ਪੁਲਿਸ, ਇਸ ਦਿੱਲੀ ਪੁਲਿਸ ਨੇ, JNU ਪ੍ਰਸ਼ਾਸਨ ਨੇ ਇਹ ਸੋਚਾ ਕਿ ਇਸ ਅਗਰ ਇਹ ਪ੍ਰੋਟੈਸਟ ਐਸੇ ਹੀ ਬੜਤਾ ਰਹਾ ਤੋ ਬਹੁਤ ਹਮਾਰੇ ਲਈ ਪ੍ਰੋਬਲਮ ਕ੍ਰੀਏਟ ਕਰ ਸਕਤਾ ਹੈ, ਕਿਉਂਕਿ ਆਪਨੇ ਦੇਖਾ ਉਸਕੇ ਪਹਿਲੇ ਜਾਮੀਆਂ, ਫਿਰ ਆਸਾਮ ਮੇਂ ਜੋ ਪ੍ਰੋਟੈਸਟ NRC ਔਰ CA ਕੋ ਲੈ ਕੇ ਚਲਾ, ਤੋ ਔਰ ਤਮਾਮ ਯੂਨੀਵਰਸਿਟੀ ਮੇਂ ਸਭ ਚੀਜ਼ੇ ਹੋਈ, ਤੋ JNU ਕਾ ਜੋ ਮਾਮਲਾ ਥਾ ਵੋ ਵੀ ਥਮ ਨਹੀਂ ਰਹਾ ਥਾ। ਤੋ ਇਸ ਲਈ ਇਹ ਪੂਰਾ ਇੱਕ ਸੀਕੁਐਂਸ ਥਾ ਕਿ JNU ਕੇ ਪ੍ਰੋਟੈਸਟ ਕੋ ਡਾਇਲਿਊਟ ਕੀਆ ਜਾਏ, ਉਸਕੋ ਡਿਸਟਰੋਏ ਕੀਆ ਜਾਏ। ਤੋ ਇਸੀ ਲਈ ਇਹ ਪੂਰਾ ਇੱਕ ਸਟ੍ਰੈਟਜੀ ਬਣਾਈ ਗਈ। ਮੈਂ ਉਸ ਟਾਈਮ ਪੇ JNU ਮੇਂ ਹੀ ਥਾ ਜਬ ਪੂਰਾ ਵਾਇਲੈਂਸ ਹੁਆ, ਜਬ 4 ਤਾਰੀਖ ਕੋ ਇੱਕ ਛੋਟੀ ਸੀ ਝੜਪ ਹੋਈ ਜਬ ਲੋਕਡਾਊਨ ਪੇ ਸਟੂਡੈਂਟ ਬੈਠੇ ਹੋਏ ਥੇ, ਤੋ ABEP ਕੇ ਕੁਛ ਲੋਗੋਂ ਨੇ ਆਕਰ, ਕੁਛ ਪ੍ਰੋਫੈਸਰਸ ਨੇ ABEP ਕੇ ਆਕਰ ਵਹਾਂ ਪੇ ਸਟੂਡੈਂਟ ਕੋ ਸਾਥ ਕਨਫਰੰਟ੍ਰੇਟ ਕੀਆ ਔਰ ਉਨਕੋ ਬੋਲਾ ਕਿ ਆਪ ਇਹ ਫਾਲਤੂ ਕਾ ਲੋਕਡਾਊਨ ਕਿਉਂ ਕਰ ਰਹੇ ਹੋ, ਉਨਕੇ ਸਾਥ ਫਿਰ ਹਾਥਾਪਾਈ ਕਰਨੀ ਸ਼ੁਰੂ ਕਰ ਦੀ। ਤੋ ਕਾਮਨ ਸਟੂਡੈਂਟ ਨੇ ਥੋੜ੍ਹਾ ਸਾ ਰਿਟੇਲੀਗੇਟ ਕੀਆ ਔਰ ਉਸਕੇ ਬਾਅਦ ਮੇਂ ਵਹਾਂ ਪੇ ਲੇਕਿਨ ਕੁਛ ਲੋਗੋਂ ਨੇ ਉਸ ਵਾਇਲੈਂਸ ਕੋ ਸ਼ਾਂਤ ਕੀਆ। ਲੇਕਿਨ ਬਿਲਕੁਲ ਜੇ ਅਸੀਂ ਗੱਲ ਕਰਦੇ ਹੈਗੇ ਹਾਂ ਪੁਲਿਸ ਪ੍ਰਸ਼ਾਸਨ ਦੀ ਵੀ, ਤਾਂ ਪੁਲਿਸ ਪ੍ਰਸ਼ਾਸਨ ਵੀ ਕੀ ਕਰ ਰਿਹਾ ਹੈਗਾ ਆ, ਉਹ ਸਟੂਡੈਂਟਸ ਦੇ ਅਗੇਂਸਟ ਖੜ ਰਿਹਾ ਹੈਗਾ ਆ, ਕੀ ਹੋ ਰਿਹਾ ਉੱਥੇ ਕਿ ਕੁਛ ਨਕਾ ਪੋਸਟ ਜਿਹੜੇ ਲੋਕ ਸੀਗੇ ਉੱਥੇ ਯੂਨੀਵਰਸਿਟੀ 'ਚ ਐਂਟਰ ਹੋ ਗਏ, ਉਹਨਾਂ ਨੇ ਫੈਕਲਟੀ ਮੈਂਬਰ ਅਤੇ ਨਾਲ ਦੇ ਨਾਲ ਸਟੂਡੈਂਟਸ ਉੱਤੇ ਵੀ ਹਮਲਾ ਕੀਤਾ। ਐਗਜੈਕਟਲੀ, ਦੇਖੀਏ ਕਿਉਂਕਿ ਜਬ ਹਮ ਲੋਕ ਜਬ ਐਂਟਰੀ ਕਰਤੇ ਹੈ ਮੇਨ ਗੇਟ ਸੇ JNU ਕੇ, ਤੋ ਆਈਡੀ ਕਾਰਡ ਹਮੇਂ ਸ਼ੋ ਕਰਨਾ ਪੜਤਾ ਹੈ, ਬੋਲਤੇ ਆਈਡੀ ਕਾਰਡ ਦਿਖਾਈਏ, ਜਾਂ ਫਿਰ ਕੋਈ ਵੀ ਹਮਾਰਾ ਫਰੈਂਡ ਆਤਾ ਹੈ ਵਹਾਂ ਪੇ ਤੋ ਹਮਸੇ ਪ੍ਰੋਪਰ ਕਾਲ ਕਰਵਾਤੇ ਹੈ ਕਿ ਆਪਕਾ ਇਹ
आपका ये फ्रेंड है कि नहीं है. एग्जैक्टली. तो आप इतने 40-50 लोग आप पूरे ग्रुप में आते हैं और नॉर्थ गेट से भी एंटर करते हैं और सरस्वतीपुरम वाले गेट से भी एंटर करते हैं, तो ये कैसे एंटर कर सकते हैं? ये पॉसिबल ही नहीं है JNU की सिक्योरिटी और दिल्ली पुलिस की मतलब बिना परमिशन के. तो ये सब जो भी हुआ उनके सपोर्ट से हुआ है, क्योंकि देखिए ये वहाँ पे ABEP का दबदबा है, इसमें देयर इज नो डाउट. जो पूरा प्रशासन है वहाँ पे, रेक्टर से लेकर प्रॉक्टर, वाइस चांसलर, सारे जो लोग हैं वो ABEP का पूरा सपोर्ट करते हैं. तो इसलिए ABEP को वहाँ पे आना और वहाँ से जाना कोई आम बात नहीं है. आपको याद होगा जब पिछले साल JNU का इलेक्शन हुआ था वहाँ पे, तो ट्रक भरकर वहाँ पर ABEP के लोग आए थे और काफ़ी उस टाइम पे वायलेंस का एक माहौल क्रिएट हो गया था, लेकिन वो हो नहीं पाया. तो यही चीज़ है, ये सिक्योरिटी पे JNU के आज से नहीं, पिछले 2 साल से सवाल उठ रहे हैं कि इस तरह के जो इंसिडेंट है वहाँ पे क्यों हो रहे हैं. और ये बताइए, जब नॉर्थ गेट पे CCTV फुटेज है, कैमरे हैं, जहाँ पे पूरा डेटा जो है क्लाउड में स्टोर होता है, तो आप दिल्ली पुलिस ये आइडेंटिफाई क्यों नहीं कर पा रहे कौन लोग थे जो लोग अंदर घुसे, उनके खिलाफ में वो लोग FIR क्यों नहीं दर्ज कर रहे हैं? बिल्कुल, ये जो गल की हैगी है, दिल्ली प्रशासन जी, दिल्ली पुलिस की प्रशासन हैगी, उन्होंने तो एक वड्डा सवाल खड़ा होंगे आ कि आखिर वो कर के रहे ने, क्योंकि जो स्टूडेंट्स ने उन्होंने जो कोई हमला करके गया है, फैकल्टी मैंबर उत्ते कोई हमला करके गया, तो जिम्मे दसिया कि उत्तर काफ़ी टाइट सिक्योरिटी हैगी है कि कॉलिंग किए बिना ID प्रूफ दिखाए बिना कोई एंटर भी नहीं कर सकता है. तो फिर ये कितने ना कि असं कह सकते हैं कि सरकार की अपनी कॉन्सपिरेसी ही हैगी है कि जो इदा अकाउंट जोड़े हुए हैं. तो हूँ अगला सवाल मेरा यह है कि हूँ जेकर कोई ए लिस्ट सैलीब्रिटी आके स्टूडेंट्स को सपोर्ट करता है, तो इस चीज़ में भी सरकार की कह रही है एक प्रमोशनल स्ट्रैटेजी का नाम दे रही है जी. देखिए, मुझे लगता है कि अगर कोई भी स्टूडेंट के सपोर्ट में, देखिए इतना जब CA को लेकर NRC को लेकर इतना बड़ा प्रोटेस्ट हुआ मुंबई में और हर जगह, तो तमाम लोग स्वरा भास्कर से लेकर अनुराग कश्यप, तमाम लोगों ने बोला इस चीज़ पर. तो अगर देखिए, अगर मैं तो ये समझता हूँ अगर कोई प्रमोशन की वजह से भी अगर कोई प्रोटेस्ट में आता है, तो भी एक उसको प्रमोशन की तरफ से नहीं देखना चाहिए, बल्कि उसकी एक सेंसिटिविटी जो है, उसकी जो एक अवेयरनेस उसकी तरफ से देखना चाहिए. आप जो तमाम लोग बड़े बड़े सुपरस्टार हैं, जिन जो बहुत बड़े बड़े माने जाते हैं कि ये बहुत जाने माने सुपरस्टार्स हैं, वो लोग बाहर निकल क्यों नहीं आ रहे हैं? वो जब उनकी कॉम पर, उनकी कम्युनिटी पे वो तमाम जब CA NRC इम्पोज किया जा रहा है, तो वो लोग निकल कर नहीं आते हैं, वो लोग चुपचाप बैठे रहते हैं. अगर कोई भी ऐसे जो स्टार्स हैं, जो एक्टर्स हैं, वो आते हैं सपोर्ट में स्टूडेंट के, तो उनकी अवेयरनेस है, उनकी सेंसिटिविटी है कि वो लोग आके स्टूडेंट का सपोर्ट करते हैं. अगर दीपिका JNU में आई और उनने JNU के प्रोटेस्ट का सपोर्ट किया और उसके साथ में वो लोग खड़ी हैं, तो इसका मतलब केवल एक इनकी प्रमोशनल स्ट्रेटेजी नहीं है, बल्कि उनकी कहीं ना कहीं एक जो सेंसिटिविटी है, अवेयरनेस है, देश के प्रति जो चिंता है, वो भी दर्शाती है. बिल्कुल. तो हूँ सरकार जी कित ना कि या तो सोच रही है इस चीज़ के बारे, ता ही उन्होंने ये स्टेटमेंट जी जारी कर दिखाई है कि जो इदा सैलीब्रिटीज़ आते रहे उन्होंने फिल्मा जो बायकॉट कर दिया जाए. देखिए, बायकॉट करना, जैसे पद्मावत रिलीज़ हुई थी उसमें कितना बड़ा कियोस क्रिएट हुआ, तो तमाम ये जब ये स्टंट होते हैं गवर्नमेंट के, वो चाहते हैं कि किसी न किसी तरह से इस तरह की जो फिल्मों को और डिमोरलाइज किया जाए, लोगों को डिमोरलाइज किया जाए, लेकिन ऐसा होता नहीं है. देखिए, आपने देखा होता अपोजिट ही है कि इसमें और उन लोगों को और प्रमोशनल बेनिफिट्स ही मिलते हैं. तो कहीं ना कहीं आप देखना चाहिए कि जो भी गवर्नमेंट इम्पोज कर रही है, आप गवर्नमेंट का आप ये देखिए कि जब जब गवर्नमेंट ने ये इनिशिएटिव लिया कि चलिए हम ये काम कर देते हैं, इससे ये चीज़ ख़त्म होगी, बल्कि ये उल्टा हुआ उसका बल्कि लोगों ने और रिटेलिएट किया है उसको, उन लोगों ने जवाब दिया है. तो गवर्नमेंट को ये सोचना चाहिए कि जो उनकी स्ट्रेटेजी है, जो उनके तौर तरीके हैं, वो कहीं ना कहीं ये सब फेल हो रहे हैं, नाकामयाब हो रहे हैं. और गवर्नमेंट को इसमें सोचना चाहिए कि जो लोग पूरा मास मोबिलाइजेशन को, मास प्रोटेस्ट को ये वो लोग तोड़ने की कोशिश करते हैं, इसको झूठा बताते हैं, इसको बोलते हैं सब ये बेबुनियाद है, उनको सोचना चाहिए कि ये सब चीज़ें जो हैं उस देश में हो रही हैं, कहीं ना कहीं आपकी गलती है, आपका फेलियर है, और आपको इस
से जो है अब सबक सीखना चाहिए, नहीं तो बहुत देर हो जाएगी। एक टाइम ऐसा आएगा जब पूरा मैसिव मोमेंट खड़ा होगा, और जैसे इमरजेंसी के टाइम में हुआ था, देखिए इमरजेंसी के टाइम की जो सिचुएशन थी वो लगभग देश में बन चुकी है, लेकिन एक कोई ऐसा एक पॉपुलर लीडर नहीं है जैसे जेपी थे उस टाइम पे, जो पूरे देश को मोबिलाइज कर सके, पूरे देश को लीड कर सके। इसलिए तमाम ऐसी चीज़ें हूँ समा हो चले है इजाजत लैंड का, अज की यूथ पावर दे शो विच बस इन्ना ही। अज असी गल की जे एन यू के पके हुए मामले के उत्ते, तो उत्थे जो ए लिस्ट आके सैलीब्रिटीज़ आके सपोर्ट कर रहे हैं स्टूडेंट्स को, कोई इस प्रमोशनल स्ट्रैटेजी का नाम दे रहा है, तो कोई कह रहा है कि वाकई अपनी सेंसिटिविटी अपनी सोलिडैरिटी जो है इस मुद्दे को लैके वो दिखा रहे हैं, ता ही करके उत्थे आए हैं। तो अज के यूथ पावर के बस इन्ना ही, हूँ मैं तुम्हें मिलूंगी यूथ पावर के अगले एपीसोड किसी नवे सोशल मुद्दे के नाल। तद तक लिए मैनू दो इजाजत, तो तुम वेखते रहो विजन पंजाब टीवी, हर कदम तुहाड़े नाल।